ਜਦੋਂ ਪੰਜਾਬੀ ਗਾਇਕੀ 'ਚ ਨਵਾਂ ਮੋੜ ਆਇਆ ਸੀ ਉਦੋਂ ਦੋ ਹੀ ਬੰਦੇ ਸੀ ਗਾਉਣ ਵਾਲੇ, ਅਸੀਂ ਇੱਕ ਦੇ ਜ਼ੋਰ ਨਾਲ ਕਹਿੰਦੇ ਹਾਂ। ਇਹ ਜਿਹੜਾ ਤੁਹਾਡੇ ਚੈਨਲ ਦੇ ਥਰੂ ਸਤਰੰਗ ਦੇ ਥਰੂ ਦੱਸਣਾ ਜ਼ਰੂਰੀ ਹੈ। ਮੈਂ ਭੋਗ 'ਤੇ ਵੀ ਕਿਹਾ ਸੀ, ਮੈਂ ਕਿਹਾ ਦੁਨੀਆ ਆਉਂਦੀ ਇੱਥੇ ਅਨਾਊਂਸ ਕਰਕੇ ਚੱਲ ਜਾਂਦੀ ਹੈ, ਮੈਂ ਕਿਹਾ ਅਨਾਊਂਸ ਕਰਕੇ ਰੋਟੀ ਨਹੀਂ ਮਿਲਣੀ। ਉਹਦੇ ਬਾਅਦ ਇੱਕ ਘੰਟੇ ਤੋਂ ਬਾਅਦ ਆਪਾਂ ਬਾਹਰ ਜਾ ਕੇ ਹੱਸੀ ਜਾਂਦੇ ਹਾਂ, ਜਿਹਦਾ ਇੱਕ ਜੀਅ ਜਾਂਦਾ ਪਤਾ ਉਹਨੂੰ ਲੱਗਦਾ। ਜਦੋਂ ਗਾਇਆ ਅਗਲੇ ਨੂੰ ਮੈਂ ਸਵੇਰ ਕਰ ਬਾਈ ਜੀ ਛਾ ਗਏ, ਤੁਸੀਂ ਬਹੁਤ ਛਾ ਗਏ। ਹੁਣ ਆਪਾਂ ਕੋਈ ਫੈਮਿਲੀ ਫੌਜੀ ਫੈਮਿਲੀ ਹੈ, ਕੋਈ ਇੱਥੇ ਆਪਣਾ ਗਾਉਣ ਵਾਲੇ ਪਾਸੇ ਹੈ ਹੀ ਕੋਈ ਨਹੀਂ ਸੀ। ਮੈਂ ਪਹਿਲਾ ਆਰਟਿਸਟ ਹਾਂ, ਐੱਚ ਐੱਮ ਬੀ ਦੀ ਕਾਲ ਆ ਗਈ, ਐੱਚ ਐੱਮ ਬੀ ਮੈਨੂੰ ਲੱਭ ਰਹੀ ਹੈ, ਨਹੀਂ ਤਾਂ ਐੱਚ ਐੱਮ ਬੀ ਉੱਥੇ ਗਾਣਾ ਬਹੁਤ ਪਹੁੰਚਣਾ, ਦਿੱਲੀ ਪਹੁੰਚਣਾ ਔਖਾ। 35 ਸਾਲ ਪਹਿਲਾਂ ਆਪਾਂ ਪੂਰੇ ਹੌਟ ਸੀ ਕੰਮ ਗਾਇਕੀ 'ਚ ਵੀ ਅਤੇ ਕੰਮ 'ਚ ਵੀ ਪੂਰੇ ਸੀਗੇ। ਰਿਟਾਇਰ ਹੋਏ ਤਾਂ ਉਹਦਾ ਅਵਿਅਸ਼ ਲੱਗ ਗਿਆ ਕੋਈ, ਕਿਉਂਕਿ ਰਾਜ ਕਾਕੜਾ ਉਹਨਾਂ ਦੇ ਬਹੁਤ ਨੇੜੇ ਸੀਗਾ। ਉਦੋਂ ਬਾਅਦ ਫਿਰ ਉਦੋਂ ਤਿੰਨ ਰਿਕਾਰਡ ਆਏ, ਕੇਦੀਪ ਸਾਹਿਬ ਦਾ, ਇਹ ਹਾਕਮ ਸੂਫੀ ਦਾ, ਪਾਣੀ ਜੀ ਮਹਾਰਾਜ ਦਾ, ਹਰਦੀਪ ਸਿੰਘ ਦਾ ਇਸ਼ਕ ਦੀ ਬੱਲੇ ਬੱਲੇ। ਜਿੰਦਾ ਭਾਅ ਜੀ ਨੇ ਬਹੁਤ ਗਾਇਆ, ਉਹਨੂੰ ਮਲਕੀਰ ਨੇ ਗੀਤ ਗਾਇਆ, ਲਤਾ ਜੀ ਨੇ ਗਾਇਆ ਗਿੱਲ ਸਾਹਿਬ ਦਾ ਗੀਤ, ਅਤੇ ਅਨੇਕਾਂ ਕਲਾਕਾਰਾਂ ਨੇ। ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਚ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਪੋਚ ਮੀਆਂ, ਹੋਏ ਪੱਗਾਂ ਪੋਚ ਮੀਆਂ, ਯਾਰੋ ਦਿਲਾਂ ਵੱਟ ਦਿਲ ਨੇ ਵਟਾਉਣੇ ਸ਼ਹਿਰ ਪਟਿਆਲੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ, ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਅਤੇ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ, ਅਤੇ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਸੀਂ ਮੇਰੇ ਨਾਲ ਵੱਖੋ ਵੱਖਰੀ ਸੈਲੀਬ੍ਰਿਟੀਜ਼ ਨੂੰ ਦੇਖਦੇ ਰਹਿੰਦੇ ਹੋ, ਅਤੇ ਅੱਜ ਮੈਂ ਜ਼ਿਆਦਾ ਇੰਟਰੋਡਕਸ਼ਨ ਜਾਂ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰੂੰਗਾ, ਬਸ ਇੰਨੀ ਕੁ ਗੱਲ ਕਹੂੰਗਾ ਕਿ ਸਰਪੰਚਾਂ ਬਾਰੇ ਤੁਸੀਂ ਬਹੁਤ ਸੁਣਿਆ ਹੋਊਗਾ ਕਿ ਪਿੰਡ ਦੇ ਵਿੱਚ ਸਰਪੰਚ ਹੁੰਦਾ, ਪਰ ਗਾਇਕੀ ਦੇ ਵਿੱਚ ਕੋਈ ਸਰਪੰਚ ਹੁੰਦਾ, ਉਹ ਅੱਜ ਤੁਹਾਨੂੰ ਪਹਿਲੀ ਵਾਰ ਉਹਨਾਂ ਨਾਲ ਮਿਲਵਾਵਾਂਗੇ ਕਿ ਇੱਕੋ ਇੱਕ ਪੰਜਾਬੀ ਗਾਇਕੀ ਦੇ ਵਿੱਚ ਸਰਪੰਚ ਜੋ ਕਿ ਗਾਇਕਾਂ ਦਾ ਸਰਪੰਚ ਕਿਹਾ ਜਾਂਦਾ ਜਿਹਨਾਂ ਨੂੰ। ਸੋ ਬਾਈ ਹਰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਚ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਪੋਚ ਮੀਆਂ, ਹੋਏ ਪੱਗਾਂ ਪੋਚ ਮੀਆਂ, ਯਾਰੋ ਦਿਲਾਂ ਵੱਟ ਦਿਲ ਨੇ ਵਟਾਉਣੇ ਸ਼ਹਿਰ ਪਟਿਆਲੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬਾਈ ਹਰਦੀਪ, ਚੈਨਲ ਸਤਰੰਗ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਬਾਈ ਹਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਿਲਕੁਲ ਫਿੱਟ ਹੈ ਬੇਟਾ। ਕਿਆ ਬਾਤ ਹੈ, ਪੂਰੇ ਜੱਚ ਰਹੇ ਹੋ, ਟੌਹਰ ਪੂਰੀ ਕੱਢੀ ਹੋਈ ਹੈ ਅੱਜ, ਪੱਗ ਸ਼ਰਟ ਪੂਰਾ ਮੈਚ, ਬਹੁਤ ਵਧੀਆ। ਅਕਸਰ ਮੈਂ ਤੁਹਾਨੂੰ ਨਾ ਜ਼ਿਆਦਾ ਕੁੜਤੇ ਪਜਾਮੇ ਦੇ ਵਿੱਚ ਜਾਂ ਕੋਟ ਪੈਂਟ ਦੇ ਵਿੱਚ ਦੇਖਿਆ, ਪਰ ਅੱਜ ਜਿਹੜੀ ਟੌਹਰ ਉਹ ਵੱਖਰੀ ਹੋਇਆ। ਕੀ ਚੱਕਰ ਹੈ? ਸੱਤੀ ਬੇਟਾ ਆਇਆ ਸੀ ਨਾ ਸਤਰੰਗ 'ਤੇ ਆਉਣਾ ਸੀ, ਮੈਂ ਕਿਹਾ ਥੋੜ੍ਹੇ ਜਿਹੇ ਕਲਰਫੁੱਲ ਬਣ ਕੇ ਆਈਏ, ਕਲਰਫੁੱਲ ਧੋਤੇ ਜਿਹੇ ਕੱਪੜੇ ਪਾ ਕੇ ਜਾਵਾਂ। ਬੜੇ ਚਿਰ ਦੀ ਜੱਸੀ ਭਾਅ ਜੀ ਦੀ ਵੇਟ ਸੀਗੀ, ਆ ਜਾਓ ਭਾਅ ਜੀ ਆ ਜਾਓ, ਮੈਂ ਕਿਹਾ ਵੀ ਅੱਜ ਤੂੰ ਨਾ ਤੱਤੇ ਪੜੀਆਂ ਨਹਾ ਕੇ ਚੱਲ ਵੜ, ਤੂੰ ਦੇਖੀ ਜਾਓ ਸਤਰੰਗ 'ਤੇ, ਅੱਜ ਸਤਰੰਗ ਦਿਖਾ ਦੇ ਅੱਜ। ਕਿਆ ਬਾਤ ਹੈ, ਮੈਨੂੰ ਵੀ ਬਹੁਤ ਉਡੀਕ ਸੀਗੀ, ਕਾਫੀ ਲੰਬੇ ਟਾਈਮ ਤੋਂ ਕਿ ਬਾਈ ਜੀ ਨਾਲ ਗੱਲ ਕਰਨੀ ਹੈ। ਮੈਂ ਪਹਿਲਾਂ ਗੱਲ ਕਹਿੰਦਾ ਕਿ ਮੈਨੂੰ ਅੱਜ ਝਿਜਕ ਜੀ ਵੀ ਸੀਗੀ ਕਿ ਮੈਂ ਬਾਈ ਜੀ ਕਹਾਂ, ਅੰਕਲ ਕਹਾਂ, ਕੀ ਕਹਾਂ, ਕਿਉਂਕਿ ਬਚਪਨ ਤੋਂ ਜਿਹੜਾ ਹੈਗਾ ਅਹੁਦਾ ਹੈ ਨਾ, ਅਹੁਦਾ ਤਾਂ ਅਹੁਦਾ ਹੀ ਹੁੰਦਾ, ਪਰ ਜਦੋਂ ਆਪਾਂ ਪ੍ਰੋਫੈਸ਼ਨਲੀ ਕਿਤੇ ਹੈ ਨਾ ਲੋਕਾਂ ਦੇ ਨਾਲ ਵਿਚਰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਆ, ਉਦੋਂ ਫਿਰ ਬਹੁਤ ਕੁਛ ਦੇਖਣਾ ਪੈਂਦਾ। ਤੇਰੇ ਪਾਪਾ ਦਾ, ਜੱਸੀ ਭਾਅ ਜੀ ਦਾ, ਸਾਡੇ ਨਾਲ ਵੱਡੇ ਭਾਈਆਂ ਛੋਟੇ ਭਾਈਆਂ ਵਾਲਾ ਦਾ ਰਿਸ਼ਤਾ ਹੈ, ਤਾਰੀ ਸਾਡਾ ਇੱਕ ਭਰਾ ਚਲਾ ਗਿਆ, ਜਿੰਨਾ ਕੰਮ ਜਸਵਿੰਦਰ ਜੱਸੀ ਨੇ, ਕੋਈ ਪੰਜਾਬ ਦਾ ਇਹੋ ਜਿਹਾ ਆਰਟਿਸਟ ਨੇ ਜਿਹੜਾ ਆਪਣੇ ਮੋਢੇ 'ਤੇ ਕੈਮਰਾ ਰੱਖ ਕੇ, ਜਿਹਨੂੰ ਨਾਂ ਇਹ ਬਾਬੇ ਸ਼ਹੀਦਾਂ ਦੀ ਕਿਰਪਾ, ਇਹ ਯੂ ਆਰ ਪ੍ਰਾਊਡ, ਤੈਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਤੇਰੇ ਫਾਦਰ, ਹੀ ਇਜ਼ ਅ ਵੈਰੀ ਸਿੰਪਲ ਮੈਨ, ਹੀ ਇਜ਼ ਅ ਲੈਜੈਂਡ, ਆਪਣੇ ਕੰਮ ਦਾ ਮਾਸਟਰ 'ਚੋਂ ਲੈਜੈਂਡ ਆ। ਅਤੇ ਮੈਨੂੰ, ਮੈਂ ਦਾਅਵੇ ਨਾਲ ਕਹਿੰਦਾ, ਜਦੋਂ ਅਸੀਂ ਅੱਜ ਤੋਂ 15-20 ਸਾਲ ਪਹਿਲਾਂ ਨਿਊਯਾਰਕ ਜਾ ਕੇ ਆਏ, ਅਤੇ ਉੱਥੇ ਫਿਰ ਇਹਨਾਂ ਦੇ ਮੋਢੇ 'ਤੇ ਰੱਖ ਕੇ ਕੈਮਰਾ, ਇੰਨੀ ਮਾਈਨਸ ਸੀਗੀ, ਇਹਨੇ ਫਿਰ ਮੇਰਾ ਉੱਥੇ ਗਾਣਾ ਸ਼ੂਟ ਕੀਤਾ, ਥੋੜ੍ਹਾ ਜਿਹਾ ਪਾਇਆ ਪਾਣੀ, ਬਾਕੀ ਤਾਂ ਖਬਰ ਕੀ ਮਿੱਤਰ, ਚਾਹ ਜਿਹਾ ਚੜ੍ਹਦਾ ਜਾਂਦਾ ਨੱਚਣ ਨੂੰ ਕਰਦਾ, ਉਹ ਤੇਰਾ ਬਾਪੂ ਹੈ। ਕਿਆ ਬਾਤ ਹੈ, ਬਹੁਤ ਵਧੀਆ। ਮੈਂ ਸ਼ੁਰੂ ਤੋਂ ਮਤਲਬ ਕਿ ਤੁਹਾਨੂੰ ਦੇਖਿਆ ਤਾਂ ਹੈ, ਮਿਲਿਆ ਵੀ ਹੈਗਾ, ਹੈ ਨਾ, ਮਿਲਦੇ ਆ ਰਹੇ ਹਾਂ, ਅਤੇ ਪਰਿਵਾਰ ਦੇ ਵਿੱਚ ਵੀ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਜਦੋਂ ਵੀ ਕਿਤੇ ਮਤਲਬ ਕਿ ਇੰਡਸਟਰੀ ਦੇ ਬਾਰੇ ਕਿਤੇ ਵੀ ਗੱਲ ਚੱਲਦੀ ਹੈ, ਸਭ ਤੋਂ ਪਹਿਲਾਂ ਨਾਮ ਤੁਹਾਡਾ ਆਉਂਦਾ ਹੈ, ਬਾਈ ਜੀ ਇੱਦਾਂ, ਬਾਈ ਜੀ ਉੱਦਾਂ, ਹੈ ਨਾ, ਉਹਨਾਂ ਤੋਂ ਦੇਖ ਕੇ ਸਿੱਖੋ, ਉਹਨਾਂ ਨੂੰ ਦੇਖ ਕੇ ਇੱਦਾਂ ਕਰੋ, ਉੱਦਾਂ ਕਰੋ, ਬਹੁਤ ਸਾਰੀਆਂ ਗੱਲਾਂ। ਅਤੇ ਅੱਜ ਬਹੁਤ ਚੰਗਾ ਲੱਗ ਰਿਹਾ ਕਿ ਅੱਜ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨ ਦਾ ਮੌਕਾ। ਥੈਂਕ ਯੂ ਬੇਟਾ, ਥੈਂਕ ਯੂ, ਲਵ ਯੂ। ਲਾਈਫ ਕਿਵੇਂ ਚੱਲ ਰਹੀ ਹੈ ਪਹਿਲਾਂ ਇਹ ਦੱਸੋ। ਲਾਈਫ, ਜ਼ਿੰਦਗੀ ਬੜੀ ਖੂਬਸੂਰਤ ਆ। ਤੁਸੀਂ ਆਪਣੇ ਆਪ ਨੂੰ ਜਿੰਨਾ ਬਿਜ਼ੀ ਰੱਖਦੇ ਹੋ, ਰੁਝੇਵਿਆਂ 'ਚ ਰੱਖਦੇ ਹੋ, ਅਤੇ ਉਹਨਾਂ ਹੀ ਤੁਸੀਂ ਪੋਜ਼ੀਟਿਵ ਰਹਿੰਦੇ ਹੋ। ਸੈਰ ਕਰੋ, ਰਿਆਜ਼ ਕਰੋ, ਇਬਾਦਤ ਕਰੋ ਜੀ। ਇਬਾਦਤ ਕਰਨ ਨਾਲ ਗੱਲ ਬਣਦੀ ਕਿਸੇ ਦੀ, ਅੱਜ ਬਣਦੀ ਕਿਸੇ ਦੀ, ਕੱਲ੍ਹ ਬਣਦੀ ਹੈ। ਅਤੇ ਸਾਡੇ ਤਾਂ ਮਹਾਰਾਜ ਹੁਣ 40 ਸਾਲ ਹੋ ਗਏ, ਮੇਰਾ ਹੀ ਮੇਰਾ ਨੇ। ਜਦੋਂ ਆਪਾਂ ਤੰਦਰੁਸਤ ਹਾਂ, ਪੋਜ਼ੀਟਿਵ ਰਹਿੰਦੇ ਹਾਂ, ਤਾਂ ਮਹਾਰਾਜ ਮਿਹਰ ਕਰਦਾ।
ਸੋ ਪਹਿਲਾਂ ਤਾਂ ਕੋਕਾ 2023 ਜਿਹੜਾ ਹੁਣ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਲਾਈਫ ਦੀ ਜਿਹੜੀ ਪਿਛਲੀ ਜਰਨੀ ਹੈ ਅੱਜ ਆਪਾਂ ਸਾਰੀਆਂ ਗੱਲਾਂ ਕਰਨੀਆਂ ਉਹਦੇ ਬਾਰੇ ਵੀ ਕਿ ਕਿੱਦਾਂ ਕਿੱਦਾਂ ਸਾਰਾ ਕੁਝ ਆਪਣੇ ਘਰ ਦੇ ਚੈਨਲ ਤੇ ਆਇਆ ਤੂੰ ਆਪਣਾ ਸੱਤੀ ਕੁਐਸਚਨ ਕਰ ਮੈਂ ਤੇ ਲਿਆ ਦੂੰ ਨੇਰੀਆਂ। ਜੀ ਬਿਲਕੁਲ ਬਿਲਕੁਲ। ਤੇ ਕੋਕਾ 2023 ਦੀ ਪਹਿਲਾਂ ਗੱਲ ਕਰੀਏ ਕਿ ਕੋਕਾ ਗੀਤ ਜਿਹੜਾ ਤੁਹਾਡਾ ਰਿਲੀਜ਼ ਹੋਣ ਜਾ ਰਿਹਾ ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਉਹਦੇ ਬਾਰੇ ਸੱਤੀ ਆਇਆ ਸੀਗਾ, ਮੈਂ ਹੁਣ ਪਿੱਛੇ ਨਵੰਬਰ 'ਚ ਬੇਟਾ ਜਾ ਕੇ ਆਇਆ ਅਮਰੀਕਾ ਜੀ। ਮੇਰੇ ਆਪਣੇ ਫੈਮਿਲੀ ਦੇ ਉੱਤੇ ਸ਼ੋਅ ਸੀਗੇ ਅਤੇ ਉੱਥੇ ਫਿਰ ਕਈ ਚੈਨਲ ਜਿਵੇਂ ਆਪਣਾ ਸੱਤ ਰੰਗ ਹੈ ਜੀ, ਚੈਨਲ ਸੱਤ ਰੰਗ ਹੈ, ਇਸ ਤਰ੍ਹਾਂ ਹੀ ਉੱਥੇ ਬਲਿੰਦਰ ਬਾਜਵੇ ਦਾ ਚੈਨਲ ਆ ਅਤੇ ਹੋਰ ਮਾਈ ਟੀ ਵੀ ਹੈ ਵਾਸ਼ਿੰਗਟਨ DC ਤੋਂ, ਬਾਈ ਜੀ ਟੀ ਵੀ ਹੈ ਆਪਣਾ GP ਦਾ ਅਤੇ ਮੈਨੂੰ ਸੀਗਾ ਕਿ ਚਲੋ ਚੈਨਲ ਪ੍ਰਮੋਟ ਨਾਲ ਸਾਡੀ ਵੀ ਜਦੋਂ ਇਸ ਤੁਹਾਡੀ ਕਚਹਿਰੀ ਹਾਜ਼ਰ ਹੋਵਾਂਗੇ ਇਹਦੇ ਦਿਸਾਂਗੇ ਨਾ ਅਸੀਂ ਅਤੇ ਉੱਥੇ ਜੋ ਸ਼ੋਅ ਸ਼ੂਅ ਕੀਤੇ ਅਤੇ ਉੱਥੇ ਮੇਰੇ ਨਿਊਯਾਰਕ ਬਾਜਵਾ ਸਾਹਿਬ ਨੇ ਮੇਰਾ ਸ਼ੋਅ ਕਰਾਇਆ ਕਿਉਂਕਿ ਉਹ 30 ਸਾਲ ਤੋਂ ਮੇਰੇ ਪੁਰਾਣੇ ਬੇਲੀ ਨੇ ਜੀ ਅਤੇ ਬਹੁਤ ਜਦੋਂ ਚੰਡੀਗੜ੍ਹ ਆਉਣਾ ਇੱਕ ਰਾਤ ਉਹਨਾਂ ਸਾਡੇ ਕੋਲ ਰਹਿਣਾ ਰਹਿਣਾ ਇੱਕ ਪਿਆਰ ਹੁੰਦਾ ਤੇਰੇ ਪਾਪਾ ਵੀ ਉਹਨਾਂ ਦਾ ਉਦੋਂ ਜਾ ਕੇ ਆਏ ਆ ਜੱਸੀ ਭਾਅ ਜੀ ਅਤੇ ਜਦੋਂ ਉਹਨਾਂ ਪਤਾ ਲੱਗ ਗਿਆ ਮੈਂ ਕੈਲੀਫੋਰਨੀਆ 'ਚ ਆਇਆ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਬਾਈ ਜੀ ਅਸੀਂ ਫੈਮਿਲੀ ਗੈਟ ਟੂਗੈਦਰ ਕਰਨੀ ਹੈ ਉਹਦੇ 'ਚ ਬੁੱਧੀਜੀਵ ਆਉਣਗੇ ਕਵੀ ਆਉਣਗੇ ਅੱਜ ਪ੍ਰਮੋਟਰ ਆਉਣਗੇ ਜਿਹੜੇ ਕਬੱਡੀ ਟੂਰਨਾਮੈਂਟ ਕਰਵਾਉਂਦੇ ਆ ਉਹਨਾਂ ਸੌਖ ਫੈਮਿਲੀ ਇਕੱਠੀ ਕਰ ਲਈ ਅਤੇ ਚਲੋ ਉੱਥੇ ਮਹਾਰਾਜ ਦੀ ਕਿਰਪਾ ਨਾਲ ਵਧੀਆ 1.5-2 ਘੰਟੇ ਗਾਇਆ ਜਦੋਂ ਕੋਕਾ 2023 ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉੱਥੇ ਦਵਿੰਦਰ ਦੇਵ ਆਇਆ ਹੋਇਆ ਸੀ ਮੁੰਡਾ ਇੱਕ ਰਾਈਟਰ ਆ ਉਹਦੀ ਸਾਰੀ ਫੈਮਿਲੀ ਆਈ ਸੀ ਉਹਦੀ ਅਤੇ ਉਹਨਾਂ ਨੇ ਜਦੋਂ ਮੈਨੂੰ ਸੁਣਿਆ ਨੱਚੇ ਟੱਪੇ ਉਹਦੀ ਉਹਨਾਂ ਦੇ ਵਾਈਫ ਨੇ ਮੈਨੂੰ ਉਹ ਕਰਤਾ ਲਾਈਵ ਕਰਤਾ ਅਤੇ ਮੇਰੇ ਨਾਲ ਹੀ ਪਿੱਛੇ ਚਮਕੌਰ ਸਾਹਿਬ ਜਟਾਣੇ ਰਹਿੰਦੇ ਆ ਉਹਨਾਂ ਦੇ ਕ੍ਰੈਸ਼ਰ ਗਰੂਸ਼ਰ ਆ ਉਹ ਕਹਿੰਦੇ ਹਰਦੀਪ ਭਾਅ ਜੀ ਸਾਡੇ ਮੁਹੱਲੇ 'ਚ ਰਹਿੰਦੇ ਆ ਤੁਸੀਂ ਇਹਨਾਂ ਨੂੰ ਆਪਣੇ ਘਰ ਖਾਣੇ 'ਤੇ ਬੁਲਾਓ ਜਦੋਂ ਉਹਦੀ ਮਿਹਰ ਹੋਣੀ ਹੋਵੇ ਅਤੇ ਅਗਲੇ ਦਿਨ 'ਚ ਮੈਂ ਘੰਟੇ ਨਿਊਯਾਰਕ ਤੋਂ ਡਰਾਈਵ ਸੀ ਉਹਨਾਂ ਘਰ ਚਲੇ ਗਏ ਉੱਥੇ ਵਧੀਆ ਰੌਣਕ ਮੇਲਾ ਲਾਇਆ ਗਾਇਆ ਛਾਇਆ ਉਹ ਦੇਵ ਕਹਿੰਦਾ ਬਾਈ ਜੀ ਮੈਂ ਵੀ ਲਿਖਦਾ ਅਤੇ ਚਲੋ ਉਹਨਾਂ ਨੇ ਚੀਜ਼ਾਂ ਸੁਣਾਈਆਂ ਚੀਜ਼ਾਂ ਸੁਣੀਆਂ ਅਤੇ ਜਦੋਂ 5-7 ਚੀਜ਼ਾਂ ਸੁਣਾਈਆਂ ਮੈਂ ਕਿਹਾ ਹੋਰ ਸੁਣਾਓ ਹੋਰ ਸੁਣਾਓ ਮੇਰੀ ਕਰੋਸਟੀ ਵਧੀ ਗਈ ਕਿ ਮੁੰਡੇ ਦੀ ਕਲਮ 'ਚ ਵਜ਼ਨ ਹੈਗਾ ਅਤੇ ਜਦੋਂ ਆਹ ਲੈਣਾ ਛੇੜੀਆਂ ਉਹਨੇ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਨੇਕ ਤੇਰੇ ਕੋਕੇ ਦੇ ਆਸ਼ਕ ਹੋ ਗਏ ਸਾਰੇ ਇੱਕ ਮੈਨੂੰ ਲੱਗਿਆ ਕਿ ਇਹਦੀ ਉਡਾਨ ਬਹੁਤ ਅੱਛੀ ਹੈ ਠੀਕ ਹੈ ਅਤੇ ਮੈਂ ਕਿਹਾ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਨਹੀਂ ਮੈਂ ਕਿਹਾ ਹੁਣ ਦਵਿੰਦਰ ਤੋਂ ਦੇਵ ਬਣ ਗਿਆ ਤੂੰ ਇੱਕ ਦੇਵ ਸਰੀਕੇ ਵਾਲਾ ਸਾਹਿਬ ਸੀ ਅਤੇ ਹੁਣ ਤੂੰ ਸਾਡਾ ਦੇਵ ਬਣ ਗਿਆ ਅਤੇ ਉਹਦੇ ਫਿਰ ਮੈਂ ਉੱਥੋਂ ਇਹਦਾ ਸ਼ੋਅ ਕਰਕੇ ਵਾਪਸ ਆ ਗਿਆ ਮੇਰਾ ਉਹਨੇ ਨੰਬਰ ਚੇਂਜ ਕਰ ਲਿਆ ਫਿਰ ਮੈਨੂੰ ਡਿਸਕਸ ਕਰਨਾ ਉਹਨੇ ਉਸੇ ਰਾਤ ਨੂੰ ਮੈਨੂੰ ਉਹਨੇ ਗੀਤ ਦੇ ਦਿੱਤਾ ਉੱਥੋਂ ਹੀ ਮੈਂ ਗੀਤ ਭੇਜਤਾ ਮੁਖੜਾ ਅੰਤਰਾ KB ਕਟਾਰੀਆ ਸਾਹਿਬ ਦਾ ਬੇਟਾ ਬਹੁਤ ਅੱਛਾ ਕੰਮ ਕਰ ਰਿਹਾ ਮੇਰਾ ਪਹਿਲਾਂ ਜੱਟ ਦੀ ਯਾਰੀ ਵੀ ਗੀਤ ਉਹਨੂੰ ਕੀਤਾ ਸੀ ਉਹ ਚੰਗਾ ਰਿਸਪੋਂਸ ਆਇਆ ਮੈਂ ਉੱਥੋਂ ਹੀ ਮੁਖੜਾ ਅੰਤਰਾ ਭੇਜਦਾ ਜਦੋਂ ਮੈਂ ਇੱਥੇ ਹਿੰਦੁਸਤਾਨ ਦੀ ਧਰਤੀ 'ਤੇ ਲੈਂਡ ਕੀਤਾ ਉਹਦਾ ਕੰਪੋਜੀਸ਼ਨ ਬਣੀ ਜਸ਼ਨ ਦੇ ਨਾਲ ਰਲ ਕੇ ਇੱਥੋਂ ਐਂ ਮੋੜਨਾ ਜਿਹੋ ਜਿਹਾ ਮੈਂ ਗਾਉਂਦਾ ਜੀ ਜੀ ਬਿਲਕੁਲ ਅਤੇ ਤੁਹਾਡੇ ਸਟਾਈਲ ਦਾ ਇੱਕ ਗਾਣਾ ਤਿਆਰ ਕਰ ਹਾਂ ਪਰਸਨੈਲਿਟੀ ਹਿਸਾਬ ਨਾਲ ਫਿਰ ਉਹਨੇ ਗੱਲਾਂ ਬੜੀਆਂ ਸੱਚੀਆਂ ਸੁੱਚੀਆਂ ਹਰ ਕੋਈ ਰਾਈਟਰ ਚੰਗਾ ਲਿਖਦਾ ਅਤੇ ਉਹ ਫਿਰ ਸੰਗਤ ਜੁੜੀ ਗਈ ਆਪਣਾ ਕੰਮ ਚੱਲਦਾ ਰਿਹਾ 3-4 ਮਹੀਨੇ ਉੱਤੇ ਮਿਹਨਤ ਕਰਕੇ ਅਤੇ ਤੁਹਾਡੀ ਕਚਹਿਰੀ 'ਚ ਕੋਕਾ 2023 ਲੈ ਕੇ ਜਿਹੜਾ ਆਪਾਂ ਬਹੁਤ ਚੰਦ ਦਿਨਾਂ 'ਚ ਹੀ ਰਿਲੀਜ਼ ਕਰ ਦੇਣਾ ਸੱਤ ਰੰਗ 'ਤੇ ਰਿਲੀਜ਼ ਕਰਾਂਗੇ ਸਾਰੇ ਪਾਸੇ ਕਰਾਂਗੇ ਕਿਆ ਬਾਤ ਹੈ ਅਤੇ ਉਹ ਬਸ ਉਹਦਾ ਸ਼ੂਟ ਵੀ ਹੋ ਚੁੱਕਾ ਅੱਜ ਮੈਂ ਸ਼ਾਮੀ ਜਾ ਕੇ ਉਹਦੀ ਮਾਸਟਰ ਕਾਪੀ ਵੇਖਣੀ ਕਲਰਿੰਗ ਹੋ ਗਈ ਪਹਿਲਾਂ ਜਿਹੜਾ ਕਹਿੰਦੇ ਆਪਾਂ ਕੀ ਕਹਿੰਦੇ ਉਹਦੇ ਲਾਈਨ ਅਪ ਸਾਰਾ ਵੇਖ ਆਇਆ ਸੀਗਾ ਅਤੇ ਬਾਕੀ ਸਹਿਬ ਹੱਥ ਵਡੇਗੀਆਂ ਜਿਸ ਭਾਵੇਂ ਦਿਸ ਬਾਕੀ ਦੇ ਮਾਲਕ ਨੇ ਕਰਨਾ ਆਪਣਾ ਕਰਮ ਚੰਗੇ ਕਰੀਏ ਆਪਾਂ ਰਿਆਜ਼ ਕਰੀਏ ਹੈ ਨਾ ਅਤੇ ਉਹ ਤਿਆਰ ਹੈ ਅਤੇ ਤੁਸੀਂ ਉੱਦਣ ਭੁੱਲਣਾ ਨਹੀਂ ਜਿਸ ਦਿਨ ਆਪਾਂ ਪੋਸਟਰ ਰਿਲੀਜ਼ ਕਰ ਪ੍ਰੈਸ ਕਾਨਫਰੰਸ ਕਰਨੀ ਉਹ ਮੈਨੂੰ ਯਾਦ ਹੈ ਨਹੀਂ ਪਹਿਲਾਂ ਪੋਸਟਰ ਰਿਲੀਜ਼ ਕਰਨਾ ਆਪਾਂ ਜੀ ਉੱਥੇ ਸੱਤ ਰੰਗ ਹੋ ਜਾਏ ਫਿਰ ਸਾਡੀ ਟੀਮ ਸਾਰੀ ਪਹੁੰਚੂਗੀ ਸਰਪੰਚ ਸਾਹਿਬ ਨੂੰ ਸਸਪੈਂਡ ਕਰ ਦਿੰਦੇ ਹੁੰਦੇ ਆ ਬਾਪੂ ਦੇ ਮੇਰੀ ਟੀਮ ਦਾ ਮੈਂਬਰ ਆ ਜਿਹੜੀ ਨਵੀਂ ਟੀਮ ਹੈ ਨਾ ਉਹ ਵੀ ਆਉਣੀ ਚਾਹੀਦੀ ਹੈ ਨਵੀਂ ਟੀਮ ਤਾਂ ਤੁਹਾਡੇ ਪੂਰਨੇ ਤੇ ਚੱਲਦੀ ਹੈ ਜਿੱਦਾਂ ਆਰਡਰ ਹੋਊਗਾ ਉਦਾਂ ਅਸੀਂ ਲਵ ਯੂ ਨਾਲ ਤੁਹਾਡੇ ਹੈਗੇ ਆ ਪਹਿਲਾਂ ਹੁਣ ਆਪਾਂ ਗਾਣਾ ਸੁਣ ਲਈਏ ਕਿ ਇੱਕ ਸਵਾਲ ਜਿਹੜਾ ਮੇਰੇ ਦਿਲ ਦੇ ਵਿੱਚ ਹੈਗਾ ਉਹ ਪੁੱਛ ਲਈਏ ਤੇ ਤੂੰ ਦੱਸ ਕਿਹੜਾ ਗਾਣਾ ਸੁਣਨਾ ਕੋਕੇ ਦੀਆਂ ਹੀ ਲਾਈਨਾਂ ਹੈ ਨਾ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਨੀ ਇੱਕ ਤੇਰੇ ਕੋਕੇ ਦੇ ਕੋਕੇ ਦੇ ਆਸ਼ਕ ਹੋ ਗਏ ਸਾਰੇ ਨੀ ਇੱਕ ਤੇਰੇ ਕੋਕੇ ਦੇ
ਐਵੇਂ ਉਸਨੇ ਕਹਿ ਦਿੱਤਾ ਸੀ ਮੇਰਾ ਲੌਂਗ ਗਵਾਚਾ ਲੋਕ ਭਾਲਦੇ ਰਾਵਾਂ ਦੇ ਵਿੱਚ ਮੈਂ ਤਾਂ ਨਵਾਂ ਬਣਾਤਾ ਐਵੇਂ ਉਸਨੇ ਕਹਿ ਦਿੱਤਾ ਸੀ ਮੇਰਾ ਲੌਂਗ ਗਵਾਚਾ ਲੋਕ ਭਾਲਦੇ ਰਾਵਾਂ ਦੇ ਵਿੱਚ ਮੈਂ ਤਾਂ ਨਵਾਂ ਬਣਾਤਾ ਸਭ ਦੇ ਸੀਨੇ ਭਾਰ ਹੋ ਗਿਆ ਸਭ ਦੇ ਸੀਨੇ ਭਾਰ ਹੋ ਗਿਆ ਵੱਜੇ ਜੋ ਲਲਕਾਰੇ ਨੀਕ ਤੇਰੇ ਨੀਕ ਤੇਰੇ ਨੀਕ ਤੇਰੇ ਕੋਕੇ ਦੇ ਨੀਕ ਤੇਰੇ ਕੋਕੇ ਦੇ ਕੋਕੇ ਦੇ ਆਸ਼ਕ ਹੋ ਗਏ ਸਾਰੇ ਨੀਕ ਤੇਰੇ ਕੋਕੇ ਦੇ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਇਹਨੂੰ ਕਹਿੰਦੇ ਐਨਰਜੀ ਕਿ ਗਾਣਾ ਸ਼ੁਰੂ ਕਰੋ ਅਤੇ ਉਸ ਤੋਂ ਬਾਅਦ ਪੂਰਾ ਤਰੀਕੇ ਦੇ ਨਾਲ ਸੁਣਾਓ ਅਕਸਰ ਕੀ ਹੁੰਦਾ ਸਥਾਈ ਸੁਣਾ ਕੇ ਗਾਇਕ ਬਸ ਨਹੀਂ ਇਹ ਲੋਕਾਂ ਦੀ ਕਚਹਿਰੀ ਦੱਸੋ ਵੀ ਆਹ ਚੀਜ਼ ਨਵੀਂ ਆ ਰਹੀ ਹੈ ਤੁਸੀਂ ਜਿਹੜੀ ਖੁਸ਼ਬੂ ਆਵਾਮ ਤੱਕ ਪਹੁੰਚਾਉਣੀ ਹੈ ਅਤੇ ਇਹ ਜੀ ਆਪਾਂ ਰੱਖ ਲੰਘਦੇ ਨਹੀਂ ਬਾਅਦ ਸਾਵਾਂਗੇ ਨਹੀਂ ਕਿਉਂ ਇਹ ਕੋਈ ਵੀ ਚੀਜ਼ ਉਹਦੇ ਵਿੱਚ ਖੁੱਭ ਕੇ ਭਾਵੇਂ ਤੁਸੀਂ ਕੋਈ ਗੱਲ ਕਰ ਰਹੇ ਹੋ ਤਾਂ ਵੀ ਬੰਦੇ ਨਾਲ ਐਨ ਇੰਟਰਸਟ ਲੈ ਕੇ ਇਹ ਨਾ ਹੀ ਗੱਲ ਕਰੋ ਉਸ ਤੋਂ ਬਾਅਦ ਭਾਵੇਂ ਕਿਸੇ ਦਾ ਗਾਣਾ ਸੁਣ ਰਹੇ ਹੋ ਉਹ ਵੀ ਪੂਰਾ ਤਰੀਕੇ ਦੇ ਨਾਲ ਸੁਣੋ ਗਾ ਰਹੇ ਹੋ ਉਹ ਵੀ ਹੈ ਨਾ ਸੋ ਬਹੁਤ ਵਧੀਆ ਲੱਗਦਾ ਅਤੇ ਇੱਕ ਸਵਾਲ ਜਿਵੇਂ ਪਹਿਲਾਂ ਕਿਹਾ ਸੀਗਾ ਬਾਕੀ ਜਰਨੀ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਸਵਾਲ ਨਾ ਮੇਰੇ ਦਿਲ 'ਚ ਹਮੇਸ਼ਾ ਬਚਪਨ ਤੋਂ ਸੁਣਦਾ ਆ ਰਿਹਾ ਤੇਰੇ ਕਮੀਜ਼ ਤੇ ਬੜਾ ਸੋਹਣਾ ਲੱਗਿਆ ਟੈਟੂ ਜਿਹਾ ਇਹ ਸਪੈਸ਼ਲੀ ਮੈਂ ਅੱਜ ਤੁਹਾਡੇ ਕਰਕੇ ਪਾ ਕੇ ਆਇਆ ਤੂੰ ਮੇਰੇ ਨਾਲ ਮੈਚਿੰਗ ਕਰਕੇ ਆਇਆ ਮੈਂ ਕਿਹਾ ਤੁਸੀਂ ਮੈਚਿੰਗ ਕਰਕੇ ਆ ਵੀ ਆ ਵੀ ਤੇਰਾ ਠੀਕ ਹੋ ਰਿਹਾ ਕੰਮ ਜਾਣਾ ਬਿਲਕੁਲ ਇਹਨਾਂ ਅਸਲ ਦੇ ਵਿੱਚ ਕੋਈ ਫਿਲਮ ਦਾ ਪ੍ਰੋਜੈਕਟ ਆ ਰਿਹਾ ਸੀ ਉਹਦੇ ਵਾਸਤੇ ਵਧਾ ਰਹੇ ਸੀ ਬੜਾ ਸੋਹਣਾ ਇੱਕ ਢਾ ਰਹੇ ਜੀ ਬਹੁਤ ਨੋਟੀ ਆ ਗਿਆ ਸੋ ਮੈਂ ਇੱਕ ਗੱਲ ਪੁੱਛੂੰਗਾ ਕਿ ਜਿਵੇਂ ਪੀਆਰ ਸਿਸਟਮ ਦਾ ਮੈਂ ਨਾ ਅੱਜ ਤੱਕ ਹਮੇਸ਼ਾ ਸੁਣਦਾ ਆਇਆ ਪਰਿਵਾਰ ਦੇ ਵਿੱਚ ਪਾਪਾ ਤੋਂ ਵੀ ਹੈ ਨਾ ਤਾਰੀ ਚਾਚਾ ਜੀ ਜਦੋਂ ਹੁੰਦੇ ਸੀਗੇ ਉਹ ਵੀ ਇਹ ਗੱਲ ਕਰਦੇ ਸੀਗੇ ਕਿ ਬਈ ਹਰਦੀਪ ਜੀ ਦਾ ਨਾ ਪੀਆਰ ਸਿਸਟਮ ਬਹੁਤ ਵਧੀਆ ਕਿ ਯਾਰੀ ਦੋਸਤੀ ਸਰਕਲ ਜਿਹੜਾ ਹੈਗਾ ਹੈ ਨਾ ਜਿਸਦੇ ਬਦੌਲਤ ਹੀ ਕਹਿ ਲਓ ਕਿ ਅੱਜ ਤੱਕ ਜੇ ਆਪਾਂ ਗੱਲ ਕਰ ਲਈਏ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਤੁਹਾਡੇ ਤੋਂ ਬਾਅਦ ਆਏ ਸ਼ਾਇਦ ਅੱਜ ਉਹਨਾਂ ਦੇ ਨਾਮ ਵੀ ਨਹੀਂ ਕਿਸੇ ਨੂੰ ਚੇਤੇ ਹੈ ਨਾ ਉਹਨਾਂ ਦੇ ਗੀਤ ਵੀ ਨਹੀਂ ਚੇਤੇ ਅਤੇ ਉਹ ਕਿੱਦਾਂ ਬਣਾ ਕੇ ਰੱਖਦੇ ਹੋ ਇੰਨਾ ਸਾਰਾ ਕੁਛ ਇੰਨੇ ਰਿਲੇਸ਼ਨਸ ਜਿਹੜੇ ਹੈਗੇ ਆ ਭਾਵੇਂ ਗਾਇਕਾਂ ਨਾਲ ਗੱਲ ਕਰ ਲਈਏ ਭਾਵੇਂ ਪੋਲੀਟੀਸ਼ੀਅਨਸ ਨਾਲ ਗੱਲ ਕਰ ਲਈਏ ਭਾਵੇਂ ਹੋਰ ਕਿਸੇ ਖੇਤਰ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਉਹਦੇ ਨਾਲ ਗੱਲ ਕਰ ਲਈਏ ਹਰ ਇੱਕ ਦੇ ਨਾਲ ਰਿਲੇਸ਼ਨਸ ਕਿੱਦਾਂ ਸਤੀ ਤੇਰਾ ਬੇਟਾ ਕੁਐਸਚਨ ਬਹੁਤ ਸੋਹਣਾ ਵਾਕਿਆ ਤੇਰੇ ਦਿਲ ਦੀਆਂ ਗੱਲਾਂ ਨਾਲ ਕੁਐਸਚਨ ਇਹਨੂੰ ਮੇਨਟੇਨ ਕਰਨ ਵਾਸਤੇ ਤੁਹਾਨੂੰ ਜਿਗਰਾ ਵੀ ਚਾਹੀਦਾ ਸਭ ਕੁਝ ਚਾਹੀਦਾ ਤਨ ਮਨ ਧਨ ਦੇਖ ਮੇਰੀ ਕਿੱਥੋਂ ਜਰਨੀ ਸ਼ੁਰੂ ਹੋਈ ਇੱਕ ਹਾਕੀ ਵਾਲਾ ਹਰਦੀਪ ਜੀ ਹਾਕੀ ਵਾਲਿਆਂ ਦਾ ਪਿਆਰ ਸ਼ੁਰੂ ਹੋ ਗਿਆ ਓਲੰਪੀਅਨ ਸਾਰੇ ਵਾਕਫ ਫਿਰ ਇੱਕ ਮੇਰੀ ਪਰਸਨੈਲਿਟੀ ਵੀ ਜਿਹੜੀ ਹੈ ਉਹ ਐਂ ਲੱਗਦਾ ਪੁਲਿਸ ਅਫਸਰ ਕਿਉਂ ਹੋਣਾ ਹੈ ਨਾ ਹੈ ਨਾ ਕਦਕਾਰ ਜਿਹੜਾ ਅਤੇ ਉੱਥੇ ਵੀ ਮਹਾਰਾਜ ਦੀ ਕਿਰਪਾ ਅਤੇ ਚਲੋ ਇਹ ਜਿਹੜਾ ਆਪਣਾਪਨ ਹੈ ਉਹ ਤੁਹਾਨੂੰ ਅੱਗੇ ਲੈ ਕੇ ਜਾਂਦਾ ਜਿਹਦੇ ਇੱਕ ਵਾਰੀ ਢਿੱਡ 'ਚ ਵੜ ਜਾਓ ਨਿਕਲੋ ਨਾ ਬਾਹਰ ਅਤੇ ਤੇਰੇ ਅੰਕਲ ਕਹਿ ਲਾ ਜੋ ਮਰਜ਼ੀ ਕਹਿ ਲਾ 40-45 ਸਾਲ ਹੋ ਗਿਆ ਗਾਉਂਦੇ ਆ ਪਰ ਕਿਸੇ ਕੋਲ ਡਿਮਾਂਡ ਕਰਕੇ ਪੈਸੇ ਨਹੀਂ ਲਏ ਅਤੇ ਜਿਹੜੀ ਚੀਜ਼ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਨਿਵੇਂ ਰੁੱਖਾਂ ਨੂੰ ਫਲ ਲੱਗਦੇ ਆ ਜਦੋਂ ਆਪਾਂ ਪੋਜ਼ਿਟਿਵ ਰਹਾਂਗੇ ਪੁੱਤਰ ਮਿਹਨਤ ਕਰਾਂਗੇ ਉਹ ਟਾਈਮ ਦੀਆਂ ਜਿਹੜੀਆਂ ਸਟਰਗਲਾਂ ਜਦੋਂ ਪੰਜਾਬੀ ਗਾਇਕੀ 'ਚ ਨਵਾਂ ਮੋੜ ਆਇਆ ਸੀ ਉਦੋਂ ਦੋ ਹੀ ਬੰਦੇ ਸੀਗੇ ਗਾਉਣ ਵਾਲੇ ਅਸੀਂ ਇੱਕ ਦੇ ਜ਼ੋਰ ਨਾਲ ਕਹਿੰਦੇ ਹਾਂ ਗੁਰਦਾਸ ਬਾਈ ਅਤੇ ਹਰਦੀਪ ਨਹੀਂ ਤਾਂ ਗਾਇਕੀ ਪਿੰਡਾਂ ਦੇ ਖੂਹਾਂ 'ਤੇ ਹੁੰਦੀ ਸੀਗੀ ਫਿਰ ਗਾਇਕੀ ਰੈਵੋਲਿਊਸ਼ਨ ਲੈ ਕੇ ਗਾਇਕੀ ਕੰਦਰਸ ਹੋ ਗਈ ਤੁਹਾਡੇ ਘਰਾਂ 'ਚ ਆ ਗਈ ਪਰਿਵਾਰਾਂ 'ਚ ਆ ਗਈ ਹੁਣ ਮੈਰਿਜਾਂ ਪੈਲਸਾਂ 'ਚ ਆ ਗਈ ਅਤੇ ਇਹ ਜਿਹੜਾ ਤੁਹਾਡੇ ਚੈਨਲ ਥਰੂ ਸਤਰੰਗ ਦੇ ਥਰੂ ਦੱਸਣਾ ਜ਼ਰੂਰੀ ਹੈ ਕਿ ਜੋ ਜੋ ਤੁਹਾਡੀ ਚੜ੍ਹਾਈ ਹੁੰਦੀ ਹੈ ਤੁਸੀਂ ਆਪਣਾ ਪਿਆਰ ਵੰਡੋ ਇੱਜ਼ਤ ਮਾਣ ਸਤਿਕਾਰ ਛੋਟੇ ਕਲਾਕਾਰਾਂ ਦਾ ਵੱਡੇ ਕਲਾਕਾਰਾਂ ਦਾ ਸਤਿਕਾਰ ਕਰੋ ਹਰ ਦੁੱਖ ਸੁੱਖ 'ਚ ਸ਼ਰੀਕ ਹੋਵੋ ਸਾਡੇ ਕੋਲ ਇਹੀ ਕੁਆਲਿਟੀਆਂ ਨੇ ਬਿਲਕੁਲ ਦੁੱਖ ਸੁੱਖ ਸੁੱਖ 'ਚ ਭਾਵੇਂ ਨਾ ਹੋ ਦੁੱਖ 'ਚ ਬੰਦੇ 'ਚ ਜੋ ਹਾਜ਼ਰ ਹੋਵੋ ਸਾਨੂੰ ਪਤਾ ਤਾਰੀ ਨੂੰ ਬਚਾਉਣ ਵਾਸਤੇ ਤੇਰੇ ਪਾਪਾ ਨੇ ਅਸੀਂ ਦੋ ਬੰਦਿਆਂ ਨੇ ਕਿੰਨੀ ਮਿਹਨਤ ਕੀਤੀ ਹੈ ਮੈਂ ਭੋਗਦੇ ਵੀ ਕਿਹਾ ਸੀ ਮੈਂ ਕਿਹਾ ਦੁਨੀਆ ਆਉਂਦੀ ਇੱਥੇ ਅਨਾਊਂਸ ਕਰਕੇ ਚੱਲ ਜਾਂਦੀ ਹੈ ਮੈਂ ਕਿਹਾ ਅਨਾਊਂਸ ਕਰਕੇ ਰੋਟੀ ਨਹੀਂ ਮਿਲਣੀ ਜਾਂ ਤਾਂ ਉਹ ਤੋਂ ਬਾਅਦ ਇੱਕ ਘੰਟੇ ਤੋਂ ਬਾਅਦ ਆਪਾਂ ਬਾਹਰ ਜਾ ਕੇ ਹੱਸੀ ਜਾਂਦੇ ਹਾਂ ਜਿਹਦਾ ਇੱਕ ਜੀ ਜਾਂਦਾ ਪਤਾ ਉਹਨੂੰ ਲੱਗਦਾ ਇਸ ਕਰਕੇ ਸੰਸਥਾ ਵੀ ਬਣਾਈ ਆ ਕਈ ਕਲਾਕਾਰ ਐਂ ਤੁਰ ਕੇ ਕੰਮ ਹੁੰਦਾ ਸੀ ਜਦੋਂ ਕੰਮ ਹੁੰਦਾ ਸੀ ਆਰਟਿਸਟ ਆਪਣੇ ਨੂੰ ਸਾਂਭਦੇ ਨਹੀਂ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਥਰੂ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਸਮਾਜ ਦਾ ਖਿਆਲ ਰੱਖੋ ਆਪਣੇ ਕਲਚਰ ਦਾ ਖਿਆਲ ਰੱਖੋ ਉਹਨਾਂ ਤੁਹਾਡੀ ਜ਼ਿੰਦਗੀ ਖੂਬਸੂਰਤ ਹੁੰਦੀ ਹੈ ਅਤੇ ਯਾਰੀ ਅਤੇ ਸਰਦਾਰੀ ਆਉਂਦੀ ਕਿਸੇ ਕਿਸਮ ਰਾਤ ਅਤੇ ਮੈਂ ਹੁਣ ਅਗਲਾ ਸਵਾਲ ਪੁੱਛੂੰਗਾ ਕਿ ਲਾਈਫ ਦੇ ਵਿੱਚ ਹਰ ਇੱਕ ਬੰਦਾ ਜਦੋਂ ਸਟਾਰਟਅਪ ਲੈਂਦਾ ਹੈ ਨਾ ਉਹ ਸੋਚ ਰੱਖਣੀ ਕਿ ਹਾਂ ਮੈਂ ਇਸ ਕੰਮ ਵੱਲ ਨੂੰ ਅੱਗੇ ਵਧਣਾ ਜਿਵੇਂ ਕਿ ਤੁਸੀਂ ਪਹਿਲਾਂ ਹਾਕੀ ਖੇਡਦੇ ਸੀਗੇ ਹਾਕੀ ਖੇਡਦੇ ਨਾਲ ਨਾਲ ਫਿਰ ਇੱਧਰ ਗਾਇਕੀ ਵੱਲ ਉਹ ਕਿੱਦਾਂ ਟਰਨ ਆਇਆ ਲਾਈਫ ਦੇ ਵਿੱਚ ਉਹ
ਸੱਤੀ ਬੇਟਾ ਐਂ ਸੀ ਜਦੋਂ ਮੈਂ ਜਲੰਧਰ ਜਲੰਧਰ ਸਪੋਰਟਸ ਕਾਲਜ ਪੜ੍ਹਦਾ ਸੀ ਨਾ ਜੀ, ਉਦੋਂ ਫਿਰ ਅਸੀਂ ਸਾਧਨ ਕੋਈ ਹੁੰਦੇ ਨਹੀਂ ਸੀਗੇ, ਜਿਵੇਂ ਆਗਰੇ ਜਾਣਾ, ਬੰਬੇ ਜਾਣਾ, ਚਾਰ ਚਾਰ ਪੰਜ ਪੰਜ ਛੇ ਛੇ ਦਿਨ ਬੰਬੇ ਪਹੁੰਚਦੇ ਲੱਗ ਜਾਏ। ਉਦੋਂ ਕਿਹੜਾ ਫਾਸਟ ਟ੍ਰੇਨਾਂ ਹੁੰਦੀਆਂ ਸੀਗੀਆਂ, ਅਤੇ ਉਹ ਫਿਰ ਕੁੜੀਆਂ ਮੁੰਡਿਆਂ ਦੇ ਇਕੱਠੇ ਜਾਣਾ, ਉਹ ਜਿਵੇਂ ਆਪਾਂ ਪਿੰਡਾਂ 'ਚ ਸ਼ੁਰੂ ਕਰੋ ਇੰਤਾਸ਼ੀ ਲੈ ਕੇ ਪ੍ਰਭੂ ਕਾ ਨਾਮ, ਅਤੇ ਉਹ ਟਾਈਮ ਪਾਸ ਆਊਟ ਕਰਨਾ ਹੁੰਦਾ ਸੀ। ਉਹ ਜਿਹੜਾ ਉਹਦਾ ਫੱਟਾ ਵਜਾ ਕੇ ਗਾਈ ਜਾਣਾ, ਤੇਰਾ ਰੇਲਵੇ ਦਾ ਜਿੱਥੇ ਬਿਜ਼ੀ ਹੁੰਦੇ ਜੀ ਜੀ, ਇੱਕ ਤੂੰ ਊੜਾ ਆ ਗਿਆ, ਤੂੰ ਸੁਣਾਤਾ ਜਿਹੜਾ ਅੱਖਰ ਆ ਗਿਆ, ਪਪਾ ਆ ਗਿਆ, ਮੈਂ ਸੁਣਾਤਾ ਗਾਣਾ, ਉਹ ਉਦੋਂ ਗਾਣਾ ਕਰਦਾ। ਉਦੋਂ ਫਿਰ ਉਹ ਜਿਹੜੀ ਟਸਕ ਲੱਗ ਗਈ, ਉਦੋਂ ਬਾਅਦ ਆਪਣਾ ਕਰਦਿਆਂ ਕਰੋ ਤਾਂ ਇੰਡੀਆ ਯੂਨੀਵਰਸਿਟੀ ਦੇ ਕੈਂਪ ਲਾਏ ਮੇਰਾ, ਇੱਕ ਦੋ ਵਾਰ ਜਦੋਂ ਨਹੀਂ ਲੱਗਿਆ ਤਾਂ ਪਰ ਮੈਂ ਉੱਥੋਂ ਸਪੋਰਟਸ ਕਾਲ ਛੱਡ ਕੇ ਚੰਡੀਗੜ੍ਹ ਆ ਗਿਆ, ਚੰਡੀਗੜ੍ਹ ਤੋਂ ਗੁਰੂ ਸਾਹਿਬ ਚਲਾ ਗਿਆ, ਉੱਥੇ ਭੰਗੜੇ ਦਾ ਗਾਉਣਾ ਕਰਨਾ। ਫਿਰ ਐਂਡ 'ਤੇ ਫਿਰ ਮੈਂ DAV ਕਾਲਜ ਆ ਗਿਆ, DAV ਕਾਲਜ ਉੱਥੇ ਫਿਰ ਇੱਥੇ ਜਦੋਂ ਜਿਵੇਂ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਅਤੇ ਮੈਂ ਡੱਬੀ ਵਾਲਾ ਪਰਨਾ ਬੰਨ ਕੇ ਇੱਥੇ ਹੌਕੀ ਖੇਡਦੇ ਹੋਣਾ, ਅਤੇ ਐਡੀ ਮਹਾਰਾਜ ਦੀ ਕਿਰਪਾ ਆਈ, ਇੱਥੇ ਪਹਿਲੇ ਸਾਲ ਆਏ, ਹੌਕੀ ਵੀ ਜਿੱਤ ਗਈ ਆਪਣਾ ਇੰਟਰ ਕਾਲਜ, ਇੰਟਰਵਰਸੀ ਜਿੱਤ ਗਈ, ਇੱਥੋਂ ਪੰਜਾਬ ਯੂਨੀਵਰਸਿਟੀ ਖੇਡ ਗਏ, ਇੰਡੀਆ ਯੂਨੀਵਰਸਿਟੀ ਦੇ ਕੈਂਪ ਲੱਗ ਗਏ, ਉਹ ਲਾ ਲਏ। ਫਿਰ ਜਦੋਂ ਮੈਂ ਉੱਥੇ ਜਾ ਕੇ, ਸਾਡੇ ਤਰਲੋਕੀ ਦਾ ਪ੍ਰਿੰਸੀਪਲ ਹੁੰਦੇ ਸੀਗੇ, ਜਦੋਂ ਉੱਥੇ ਜਦੋਂ ਢੋਲ ਵੱਜਣਾ, ਜਦੋਂ ਹਾਕੀ ਤਾਂ 7:30 ਹਾਕੀ ਖਤਮ ਹੋ ਜਾਣੀ, ਉਦੋਂ ਬਾਅਦ ਫਿਰ ਢੋਲ ਵੱਜਦਾ ਉੱਥੇ ਭੰਗੜਿਆ, ਅਤੇ ਮੈਂ ਕੋਚ ਸਾਹਿਬ ਨੂੰ ਕਿਹਾ, ਮੈਂ ਕਿਹਾ ਸਰ ਮੈਂ ਵੀ ਗਾ ਲੈਂਦਾ। ਕਹਿੰਦੇ ਵੀ ਕੀ ਕਰਦੇ ਹੋ ਤੁਸੀਂ? ਮੈਂ ਕਿਹਾ ਮੈਂ ਸਪੋਰਟਸ ਕਾਲਜ ਜਲੰਧਰ ਤੋਂ ਆਇਆ, ਇੱਥੇ ਹੌਕੀ ਖੇਡਣਾ, ਮੈਨੂੰ ਇੱਥੇ ਰੱਖਿਆ ਪਿਆ ਵਿੰਗ 'ਚ। ਅਤੇ ਪਣੀ ਉਹਨਾਂ ਦਿਮਾਗ 'ਚ ਕੀ ਆਇਆ, ਉੱਥੇ ਜਦੋਂ ਮੈਂ ਬੋਲੀਆਂ ਜਿਹੀਆਂ ਪਾਈਆਂ, ਕਹਿੰਦੇ ਚਲੋ ਯਾਰ ਮੁੰਡਾ ਠੀਕ ਆਉਂਦਾ, ਨਾਲੇ ਉੱਧਰ ਹਾਕੀ ਖੇਡਦਾ, ਤੂੰ ਦੇਖ ਲਓ। ਬੋਲੀਆਂ ਪਾਉਂਦੇ ਪਾਉਂਦੇ ਮੇਰੀ ਮੁਲਾਕਾਤ ਹੋ ਗਈ, ਉੱਥੇ ਪੜ੍ਹਦੇ ਸੀਗੇ ਵਰਿੰਦਰ ਬਚਨ, ਕਟਾਰੀਆ ਸਾਹਿਬ, ਅਤੁਲ ਸ਼ਰਮਾ ਜੀ, ਅਤੇ ਉਹ ਕਾਕਾ ਦਾ ਛੋਟਾ ਸੀ ਸੁਰਿੰਦਰ ਬਚਨ, ਹਾਂਜੀ। ਅਤੇ ਅਸੀਂ ਫਿਰ ਮੈਂ ਕਹਿੰਦਾ ਇਹ 77-79 ਕਿ ਅਸੀਂ ਗੁਰਦਾਸਪੁਰ ਯੂਨਾਈਟ ਕਰਾਈ, ਉੱਥੇ ਬੋਕਸਿੰਗ ਦਾ ਰਿੰਗ ਬਣਿਆ, ਫੁੱਲ ਕਰਾਊਡ, ਭਾਜੀ ਦਾ ਨਵਾਂ ਨਵਾਂ ਟੁੱਟ ਗਈ ਤਲਾ ਕਰਕੇ ਕਰੇਜ਼ ਸੀਗਾ, ਅਤੇ ਉਹ ਸਾਰੇ ਮੰਦ ਕਹਿਣ ਤੁਸੀਂ ਵੀ ਗਾਓ। ਅਤੇ ਬਾਈ ਜੀ ਇਹ ਸਟਰਗਲ ਵਾਲੇ ਹੀ ਇੱਕ ਦੂਜੇ ਜਾਣਦੇ ਸੀ, ਉਹ ਵੀ ਸਪੋਰਟਸਮੈਨ ਰਹੇ ਆ। ਅਤੇ ਜਦੋਂ ਗਾਇਆ ਅਗਲੇ ਨੂੰ ਮੈਂ ਸਵੇਰ ਕਰ, ਬਾਈ ਜੀ ਛਾ ਗਏ, ਤੁਸੀਂ ਬਹੁਤ ਛਾ ਗਏ। ਹੁਣ ਆਪਾਂ ਕੋਈ ਫੈਮਿਲੀ ਫੌਜੀ ਫੈਮਿਲੀ ਆ, ਕੋਈ ਇਹ 'ਚ ਆਪਣਾ ਗਾਉਣ ਵਾਲੇ ਪਾਸੇ ਹੈ ਹੀ ਕੋਈ ਨਹੀਂ ਸੀਗਾ। ਅਤੇ ਮੈਂ ਫਾਦਰ ਸਾਹਿਬ ਨੂੰ ਚਿੱਠੀ ਲਿਖੀ ਕਿ ਮੈਂ ਇੱਧਰ ਇਤਰਾਂ ਦਾ, ਉਹ ਕਹਿੰਦੇ ਕਿਉਂ, ਹਾਕੀ ਤੋਂ ਮਨ ਭਰ ਗਿਆ, ਕਿਉਂਕਿ ਸਾਡਾ ਜਲੰਧਰ ਜਿਹੜਾ ਉਹ ਹਾਕੀ ਦਾ ਘਰ, ਕਿਉਂਕਿ ਮੇਰੇ ਨਾਲ ਦੇ ਜਿਹੜੇ ਉੱਥੇ ਹੀ ਰਹਿ ਗਏ, ਉਹ ਕੋਈ ਆਈ ਜੀ ਰਿਟਾਇਰ ਹੋਇਆ, ਓਲੰਪਿਕ ਖੇਡ ਗਏ, ਸਾਰੇ ਖੇਡ ਗਏ, ਬਾਕੀ ਉਹ ਆਪਾਂ ਕਹਿੰਦੇ ਮੁਕੱਦਰ ਹੈ। ਅਤੇ ਮੈਂ ਆਪਣੇ ਗਾਉਣ ਵਾਲੇ ਪਾਸੇ ਓਲੰਪਿਕ ਖੇਡ ਗਏ। ਰਿਟਾਇਰ ਤਾਂ ਤੁਸੀਂ ਵੀ ਹੋਏ, ਮੈਂ ਇੱਥੇ ਦੱਸਦਾ, ਜੋਬ ਤੁਸੀਂ ਵੀ ਕਰਦੇ ਰਹੇ ਹੈ ਨਾ, ਮੈਂ ਪਹਿਲਾਂ ਹੀ ਦਰਸ਼ਕਾਂ ਨੂੰ ਦੱਸ ਦੇਣਾ, ਬਾਕੀ ਅੱਗੇ ਗੱਲ ਕੰਟੀਨਿਊ ਕਰਦੇ। ਉਹ ਉਦੋਂ ਬਾਅਦ ਫਿਰ ਸਵੇਰੇ ਕਹਿਣਗੇ ਬਹੁਤ ਸੋਹਣਾ ਗਾਇਆ ਜੀ, ਅਤੇ ਮੈਂ ਕਿਹਾ ਮੈਂ ਤਾਂ ABC ਮਿਊਜ਼ਿਕ ਬਾਰੇ ਕਿ ਆਉਂਦਾ ਹੀ ਨਹੀਂ। ਅਤੇ ਜਦੋਂ ਅਗਲੇ ਦਿਨ ਕਲਾਸ ਕੁਲ ਘੱਟ ਹੀ ਲਾਉਂਦੇ ਸੀਗੇ, ਅਗਲੇ ਦਿਨ ਗਿਆ ਅਤੇ ਮੈਨੂੰ ਮਤਲਬ ਲੱਭ ਲਿਆ, ਕਹਿੰਦੇ ਵੀ ਰਾਤੀ ਜਿਹੜਾ ਮੁੰਡਾ ਗਾਉਂਦਾ ਸੀਗਾ ਬਚਨ ਸਾਹਿਬ, ਕਹਿੰਦੇ ਕਿ ਉਹਨੂੰ ਮਿਲਣਾ ਸੀ। ਚਲੋ ਮੇਰਾ ਬਾਹਰ ਕਮਰਾ ਸੀ, ਮਿਲੇ, ਅਤੇ ਫਿਰ ਮੈਂ 77 ਅਮੀਰ ਬੰਦੇ ਦਾ ਸਾਈਕਲ ਲਿਆ, ਉਹਨਾਂ ਕੋਲ ਸਾਈਕਲ ਲੈ ਕੇ ਫਿਰ ਮੈਂ 20 ਸੈਕਟਰ ਜਾਣਾ। ਉਹਦੇ ਫਾਦਰ ਸਾਹਿਬ ਜੋਗੀ ਬਚਨ ਦਾ ਸੀ, ਮੈਨੂੰ ਪਿਆਰ ਕਰਨ ਲੱਗ ਪਏ, ਕਹਿੰਦੇ ਸ਼ਾਮ ਦੀ ਰੋਟੀ ਨੂੰ ਖਵਾ ਕੇ ਭੇਜਿਆ ਕਰੋ, ਕਿਉਂਕਿ ਹੋਸਟਲ ਦੀ ਰੋਟੀ ਉਹੀ ਹੁੰਦੀ ਨਾ। ਅਤੇ ਫਿਰ ਇੱਕ ਸਾਲ ਉਹਨਾਂ ਮਿਹਨਤ ਕਰਾਈ, ਫਿਰ ਅਸੀਂ ਕਿਸੇ ਕੋਲ 10 ਰੁਪਏ, ਕਿਸੇ ਕੋਲ 20 ਰੁਪਏ ਲੈ ਕੇ 1974-1982 ਹਰਦੀਪ ਨਾਈਟ ਕੀਤੀ, ਸੋਰੀ 82 ਜੀ, ਉਹ ਹਰਦੀਪ ਨਾਈਟ ਗਰਮ ਪਕੌੜਿਆਂ ਵੇਗੀ ਆਪਣੇ 17 ਸੈਕਟਰ ਜਿਹੜੇ ਬ੍ਰਿਜ ਮਾਰਕੀਟ ਹੈ, ਉਹ 'ਚ ਬਾਬੂ ਰਾਮ ਦੇ ਚੁਟਕਲੇ ਸੀਗੇ। ਅਤੇ ਜਦੋਂ ਉਹਨੇ ਬਾਬੇ ਦੀਆਂ ਕਿਰਪਾ, ਬਾਬੇ ਨਾਨਕ ਦੀ ਕਿਰਪਾ ਕਰਨੀ ਹੋਵੇ, ਅਤੇ ਪਹਿਲੇ ਸਾਲ ਹੀ ਮੈਂ ਪਹਿਲਾ ਆਰਟਿਸਟ ਹਾਂ, HMV ਦੀ ਕਾਲ ਆ ਗਈ, HMV ਮੈਨੂੰ ਲੱਭ ਰਹੀ ਹੈ, ਨਹੀਂ ਤਾਂ HMV ਉੱਥੇ ਗਾਣਾ ਬਹੁਤ ਪਹੁੰਚਣਾ, ਦਿੱਲੀ ਪਹੁੰਚਣਾ ਔਖਾ। ਅਤੇ ਪਹਿਲੇ ਸਾਲ ਹੀ ਹਰਦੀਪ ਨਾਈਟ ਤੋਂ ਬਾਅਦ ਤੇਰੇ ਬਾਪੂ ਦਾ ਆ ਗਿਆ LP ਰਿਕਾਰਡ ਇਸ਼ਕ ਦੀ ਬੱਲੇ ਬੱਲੇ, ਅਤੇ ਮੈਂ ਤਾਂ ਬੜਾ ਖੁਸ਼ ਮੁੱਛਾਂ ਦੇ ਵੱਟਦਾ। ਕਿਹੜੇ ਈਅਰ ਦੀ ਗੱਲ ਹੈ? 82 'ਚ, 82 ਦੇ ਵਿੱਚ ਮੈਂ ਕਿਹਾ ਮਾਰਚ 'ਚ ਨਾਈਟ ਹੋਈ, ਅਤੇ ਆਪਣਾ ਉਦੋਂ 3 ਰਿਕਾਰਡ ਆਏ, ਕੇਦੀਪ ਸਾਹਿਬ ਦਾ, ਇਹ ਹਾਕਮ ਸੂਫੀ ਦਾ, ਪਾਣੀ 'ਚ ਮਹਾਰਾਜ ਜਿਹੜਾ ਹਰਦੀਪ ਸਿੰਘ ਦਾ ਇਸ਼ਕ ਦੀ ਬੱਲੇ ਬੱਲੇ। ਅੱਜ ਵੀ ਉਹ ਗਾਣਾ ਆਲ ਇੰਡੀਆ ਰੇਡੀਓ ਜਲੰਧਰ ਤੋਂ ਵੱਜਦਾ, ਵੰਗਾਂ ਦਾ ਵੰਜਾਰਾ ਆਇਆ, ਵੰਗਾਂ ਲੈ ਲਓ ਹੋਕਾ ਲਾਇਆ, ਸੋਹਣੇ ਸੋਹਣੇ ਰੰਗਾਂ ਵਿੱਚੋਂ ਵੰਗਾਂ ਨਾਲ ਚੜ੍ਹਾ ਦੇ ਮੈਂ ਛੇੜਾ ਮਾਈਏ ਨੂੰ ਵੰਗਾਂ ਦੇ, ਥੋੜ੍ਹਾ ਜਿਹਾ ਗਾ ਕੇ ਮੈਂ ਕਹਿੰਦਾ ਨਾਲ ਨਾਲ ਨੋਟੀ ਹੋ ਗਿਆ, ਬਹੁਤ ਨਾਚੀ ਨਾਚੀ ਹੋ ਗਿਆ ਜੀ। ਇਹ ਆਲ ਇੰਡੀਆ ਰੇਡੀਓ ਤੋਂ ਬਹੁਤ ਵੱਜਦਾ, ਮੈਂ ਇੰਨਾ ਖੁਸ਼ ਹੋਣਾ। ਉੱਪਰ ਗੀਤ ਵੱਜ ਰਿਹਾ ਰਫੀ ਸਾਹਿਬ ਦਾ ਜੀ, ਅਤੇ ਗੱਬੇ ਗਰੀਬ ਦਾ ਵੱਜ ਰਿਹਾ, ਥੱਲੇ ਲਤਾ ਜੀ ਦਾ ਵੱਜ ਰਿਹਾ, ਅਤੇ ਮੈਂ ਬੜਾ ਖੁਸ਼ ਹੋਣਾ। ਲਤਾ ਮੰਗੇਸ਼ਕਰ ਅਤੇ ਰਫੀ ਸਾਹਿਬ, ਗੁਲਾਮ ਅਲੀ ਸਾਹਿਬ ਦੇ ਗੱਬੇ ਮੇਰਾ ਗੀਤ ਵੀ ਆ ਰਿਹਾ ਜੀ, ਉਹ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਨਾ, ਐਡੇ ਐਡੇ ਮਹਾਨ ਕਲਾਕਾਰਾਂ 'ਚ ਆਪਣੇ ਰੇਡੀਓ ਦੇ ਆਪਣਾ ਗਾਣਾ ਚੱਲਣਾ, ਆਲ ਇੰਡੀਆ ਰੇਡੀਓ ਜਲੰਧਰ ਤੋਂ ਸਾਡਾ, ਉਸ ਟਾਈਮ ਤੋਂ ਆਲ ਇੰਡੀਆ ਰੇਡੀਓ ਦੀ ਹੀ ਚੜ੍ਹਾਈ, ਰੇਡੀਓ ਤੇ ਆਪਣਾ ਜਲੰਧਰ ਦੂਰਦਰਸ਼ਨ ਜੀ, ਉਹ ਸੀਗਾ ਬੇਟਾ। ਵੰਗਾਂ ਦਾ ਵਣਜਾਰਾ ਆਇਆ, ਵੰਗਾਂ ਲੈ ਲਓ ਹੋਕਾ ਲਾਇਆ, ਸੋਹਣੇ ਸੋਹਣੇ ਰੰਗਾਂ ਵਿੱਚੋਂ ਵੰਗਾਂ ਲਵਾਂ ਚੜ੍ਹਾ, ਲਾਲ ਪੀਲੀਆਂ ਹਰੀਆਂ ਨੀਲੀਆਂ ਵੰਗਾਂ ਲਵਾਂ ਚੜ੍ਹਾ, ਮੱਛਣਾ
ਮੈਂ ਛੇੜਾ ਮਾਈਏ ਨੂੰ ਵੰਗਾਂ ਨੂੰ ਛਣਕਾ ਮੈਂ ਛੇੜਾ ਮਾਈਏ ਨੂੰ ਮਾਈਆ ਮੇਰੇ ਦਿਲ ਦੀ ਧੜਕਣ ਤੇ ਮਾਈਆ ਫਿਰਦੀ ਗਾਉਂਦੀ ਵਿੱਚ ਪਿਆਰਾਂ ਗੱਲਾਂ ਕਰਦੀ ਅੱਗੇ ਪਿੱਛੇ ਪਾਉਂਦੀ ਜੇ ਕਿਤੇ ਮਾਈਆ ਰੁੱਸਿਆ ਹੋਵੇ ਹੱਸ ਕੇ ਲਵਾਂ ਮੰਦਾ ਜੇ ਕਿਤੇ ਮਾਈਆ ਰੁੱਸਿਆ ਹੋਵੇ ਹੱਸ ਕੇ ਲਵਾਂ ਮੰਦਾ ਮੈਂ ਛੇੜਾ ਮੈਂ ਛੇੜਾ ਮਾਈਏ ਨੂੰ ਵੰਗਾਂ ਨੂੰ ਛਣਕਾ ਮੈਂ ਛੇੜਾ ਮਾਈਏ ਨੂੰ ਕੀ ਬਾਤ ਹੈ ਏਦਾਂ ਦੇਖ ਲਓ ਬੰਦਾ ਕਿ ਉਹਨੂੰ ਐਂਕਰ ਨੂੰ ਵੀ ਸਿੰਗਰ ਬਣਾ ਲੈਂਦੇ ਹੈ ਨਾ ਇਹੀ ਚੀਜ਼ ਕਰਕੇ ਮੈਂ ਲੱਗ ਗਿਆ ਦੇਖ ਲਓ ਇਹਦੇ ਸ਼ੁਕਰ ਮੇਲਾ ਚਾਹੀਦਾ ਬੇਟਾ ਆਡੀਅੰਸ ਐਂ ਖੁਸ਼ ਹੁੰਦੀ ਹੈ ਜੀ ਮਜ਼ਾ ਆਉਂਦਾ ਨਾ ਇੱਦਾਂ ਦੇਖੋ ਇੰਟਰਵਿਊ ਕਰਨ ਦਾ ਕਿ ਨੈਚੁਰਲ ਵੇ ਦੇ ਵਿੱਚ ਅੱਜ ਮਤਲਬ ਕਿ ਨਾ ਇਸ ਗੱਲ ਦੀ ਮੈਂ ਸੱਚੀ ਗੱਲ ਕਹਿੰਦਾ ਕਿ ਤੁਹਾਡੀ ਇੰਟਰਵਿਊ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ ਘਰੇ ਵੀ ਹੈ ਨਾ ਕਿ ਅਕਸਰ ਕੀ ਹੁੰਦਾ ਕਿ ਜਿਵੇਂ ਹੁਣ ਡੈਡੀ ਦੇ ਕੋਈ ਦੋਸਤ ਮਿੱਤਰ ਆਉਂਦੇ ਹੈ ਨਾ ਜਿਹੜੇ ਵੀ ਤੁਸੀਂ ਸਾਰੇ ਸਮਕਾਲੀ ਹੋ ਤਾਂ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਹੈ ਜਿਹਦੇ ਵਿੱਚੋਂ ਕਈ ਵਾਰ ਕੀ ਹੁੰਦਾ ਕੋਈ ਨਾ ਕੋਈ ਸਵਾਲ ਦਿਮਾਗ ਦੇ ਵਿੱਚ ਨਹੀਂ ਵੀ ਹੁੰਦਾ ਉਹਦੀ ਜਜਮੈਂਟ ਜੀ ਹੋ ਜਾਂਦੀ ਹੈ ਅੱਜ ਪਰ ਕੁਛ ਐਸਾ ਨਹੀਂ ਹੋਇਆ ਹੈਗਾ ਅੱਜ ਜੋ ਸੀਗਾ ਮੈਂ ਕਿਹਾ ਜੋ ਮੇਰੇ ਮਨ ਦੇ ਵਿੱਚ ਪਹਿਲਾਂ ਸ਼ੁਰੂ ਤੋਂ ਸੁਣਦਾ ਆ ਰਿਹਾ ਆਪਾਂ ਉਹਨਾਂ 'ਚੋਂ ਹੀ ਗੱਲਾਂ ਬਾਤਾਂ ਰੱਖਣੀਆਂ ਸਾਰੀਆਂ ਨਾਲੇ ਸੱਤੀ ਜਦੋਂ ਐਡਾ ਕੁ ਸੀਗਾ ਉਦੋਂ ਤਾਂ ਤੇਰਾ ਆਉਣ ਜਾਣ ਪੁੱਤ ਸਾਡੇ ਕੋਲ ਆਇਆ ਰਿਆਜ਼ ਕੀਤਾ ਸਿੱਖਿਆ ਤੂੰ ਅਤੇ ਹੁਣ ਸਾਰਾ ਮੂਵਮੈਂਟ ਤਾਂ ਪਤਾ ਆਉਂਦੀਆਂ ਤੁਹਾਡੇ ਘਰੇ ਕੋਈ ਦੁੱਖ ਹੈ ਸੁੱਖ ਹੈ ਉਹ ਬੱਚੇ ਨੂੰ ਸਾਰਾ ਪਤਾ ਲੱਗਦਾ ਕਿ ਪਾਪਾ ਦੇ ਜਿਗਰੀ ਭਰਾਵਾਂ 'ਚੋਂ ਬਿਲਕੁਲ ਅਤੇ ਉਸ ਤੋਂ ਬਾਅਦ ਫਿਰ ਜਿਵੇਂ ਗਾਇਕੀ ਦੇ ਵਿੱਚ ਪਹਿਲੀ ਐਲਬਮ ਰਿਲੀਜ਼ ਹੋ ਗਈ ਹੈ ਨਾ ਉਸ ਤੋਂ ਬਾਅਦ ਫਿਰ ਘਰ ਦੇ ਵਿੱਚ ਮਾਹੌਲ ਕਿਵੇਂ ਦਾ ਸੀਗਾ ਘਰ ਦੇ ਵਿੱਚ ਬਹੁਤ ਸਪੋਰਟ ਦਿੱਤੀ ਤੇਰੀ ਆਂਟੀ ਨੇ ਬਹੁਤ ਸਪੋਰਟ ਕੀਤਾ ਜੇ ਜਿੰਨੇ ਚਿਰ ਜੇ ਘਰ ਤੁਹਾਡਾ ਹਮਸਫ਼ਰ ਸਾਥੀ ਨਹੀਂ ਸਪੋਰਟ ਕਰਦਾ ਹੁਣ ਉਦੋਂ ਕੰਮ ਚੱਲ ਪਿਆ ਆਪਣੇ ਕੋਲ ਆਈ ਹੈ ਵੈਰੀ ਗੁੱਡ ਜੋਬ ਪੈਂਦਾ ਜਦੋਂ ਮੈਂ ਆਪਣਾ ਖੇਡਦਾ ਸੀ ਹਾਕੀ ਕਰਕੇ ਜੋਬ ਮਿਲ ਗਈ ਹੈ ਜੀ ਆਫਿਸ ਉੱਥੇ 35-36 ਸਾਲ ਨੌਕਰੀ ਕੀਤੀ ਅਤੇ ਗੁੱਡ ਗੋਇੰਗ ਅਤੇ ਉਹਦੇ ਬਾਅਦ ਬੱਚੇ ਹੋ ਗਏ ਜਸ਼ਨ ਉਹਨਾਂ ਨੂੰ ਫਰੈਂਡ ਸੀਗਾ ਕਿ ਇਹਨਾਂ ਨੂੰ ਟੋਪ ਦੇ ਸਕੂਲ ਪੜ੍ਹਾਉਣਾ ਜੀ ਇਹਨੂੰ ਕਿੱਥੇ ਆਸਟ੍ਰੇਲੀਆ ਪੜ੍ਹਾਉਣਾ ਜੀ ਬੇਟੀਆਂ ਨੂੰ ਕਿੱਥੇ ਪੜ੍ਹਾਉਣਾ ਜੀ ਇਹਨੂੰ ਨਿਊਜ਼ੀਲੈਂਡ ਪੜ੍ਹਾਉਣਾ ਉਹ ਜਦੋਂ ਉਹ ਮਹਾਰਾਜ ਦੀ ਕਿਰਪਾ ਹੁੰਦੀ ਆ ਉਹ ਆਪਣੇ ਪੜ੍ਹ ਕੇ ਆਪਣੇ ਟਿਕਾਣੇ 'ਤੇ ਵਧੀਆ ਪਹੁੰਚੇ ਹੋਏ ਆ ਅਤੇ ਆਪਣੀ ਜ਼ਿੰਦਗੀ ਖੂਬਸੂਰਤ ਹੈ ਅਤੇ ਆਪਾਂ ਮੌਜਾਂ ਕਰਦੇ ਹਾਂ ਪੂਰੀਆਂ ਅਖਾੜੇ ਲਾਉਂਦੇ ਹਾਂ ਨੱਚਦੇ ਟੱਪਦੇ ਹਾਂ ਅਤੇ ਬਾਬਾ ਜੀ ਨੂੰ ਜਾਂਦੇ ਹਾਂ ਉੱਥੇ ਕਦੇ ਤੇਰੇ ਬਾਪੂ ਮਿਲ ਗਿਆ ਕਦੇ ਤੂੰ ਮਿਲ ਜਾਂਦਾ ਇਹ ਐਂ ਹੀ ਮੁਲਾਕਾਤ ਜਿਹੜੀ ਉੱਥੇ ਦੀ ਮੁਲਾਕਾਤ ਹੈ ਉਹ ਸੱਚੀਆਂ ਸੁੱਚੀਆਂ ਮੁਲਾਕਾਤ ਹੁੰਦੀਆਂ ਬਿਲਕੁਲ ਅਤੇ ਉੱਥੇ ਤੇਰੇ ਬਾਪੂ ਜੀ ਨਾਲ ਜੱਸੀ ਨਾਲ ਮੁਲਾਕਾਤ ਹੋਈ ਕਹਿੰਦੇ ਕਹਿੰਦੇ ਆ ਜਾਓ ਫਿਰ ਉਹਨੇ ਬੜੇ ਬਹੁਤ ਵੇਟ ਕਰਾਤੀ ਮੈਂ ਕਿਹਾ ਕੋਕਾ ਆ ਰਿਹਾ ਕੋਕਾ 2023 ਨਾਲ ਹੀ ਕੋਕਾ ਜਾ ਉਹ ਵਾਈਟ ਹੇਅਰ ਕਾਰਡ ਕੰਪਨੀ ਕੱਢ ਰਹੀ ਹੈ ਕੇ ਬੀਟਸ ਦਾ ਰਿਕਾਰਡ ਹੈ ਬਾਈ ਦੇਵ ਨੇ ਲਿਖਿਆ ਹੋਇਆ ਅਤੇ ਹੁਣ ਸੱਤ ਰੰਗ ਸਾਡੇ ਚੈਨਲ 'ਤੇ ਅਸੀਂ ਆ ਗਏ ਹਾਂ ਅਤੇ ਹੁਣ ਅੱਗੇ ਚੱਲੋ ਕਿੱਥੇ ਜਾਣਾ ਆਪਾਂ ਖਿੱਚਦੇ ਹਾਂ ਅਤੇ ਸਿੰਗਿੰਗ ਦੇ ਨਾਲ ਨਾਲ ਜਿਵੇਂ ਜੋਬ ਵੀ ਕਰਦੇ ਸੀਗੇ ਹੈ ਨਾ ਸੀ ਅਤੇ ਉਹ ਉਹਨਾਂ ਟਾਈਮਾਂ ਦੇ ਵਿੱਚ ਕਿਵੇਂ ਸਾਂਭਦੇ ਸੀ ਕਿਉਂਕਿ ਇੱਕ ਕੰਮ ਸਾਂਭਣਾ ਬਹੁਤ ਔਖਾ ਹੋ ਜਾਂਦਾ ਉਦੋਂ ਤੋਂ ਕਲਾਕਾਰ ਵੀ ਬਹੁਤ ਘੱਟ ਹੁੰਦੇ ਸੀਗੇ ਤੁਸੀਂ ਪਹਿਲਾਂ ਵੀ ਜ਼ਿਕਰ ਕਰਿਆ ਕਿਉਂਕਿ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਵੀ ਗੱਲ ਕਰ ਲਈਏ ਤਾਂ ਗੁਰਦਾਸ ਮਾਨ ਸਾਹਿਬ ਦੇ ਨਾਲ ਜੇ ਪੈਰਲਨ ਨਾਮ ਲਿਆ ਜਾਂਦਾ ਸੀਗਾ ਬਾਈ ਹਰਦੀਪ ਅਤੇ ਉਸ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਗਾਇਕੀ ਨੂੰ ਵੀ ਸਾਂਭਣਾ ਅਤੇ ਉੱਥੇ ਜਾ ਕੇ ਜੋਬ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਸੀਨੀਅਰ ਹੁੰਦੇ ਆ ਔਫਿਸਰ ਹੈ ਨਾ ਉਹਨਾਂ ਦੇ ਨਾਲ ਤੁਹਾਨੂੰ ਸਰ ਵੀ ਕਹਿਣਾ ਪੈਂਦਾ ਜੀ ਵੀ ਕਹਿਣਾ ਪੈਂਦਾ ਅਤੇ ਉਹੀ ਤੁਹਾਨੂੰ ਕਿਤੇ ਜੇ ਤੁਹਾਨੂੰ ਅੱਗੇ ਤੁਸੀਂ ਗਾ ਰਹੇ ਹੋ ਸਟੇਜ ਦੇ ਉੱਤੇ ਅਤੇ ਉਹ ਬੰਦਾ ਐਜ਼ ਆ ਆਡੀਅੰਸ ਬੈਠਾ ਸੁਣ ਰਿਹਾ ਤਾਂ ਉਹ ਕਿੱਦਾਂ ਚੀਜ਼ਾਂ ਫੇਸ ਕਰਦੇ ਸੀਗੇ ਉਹ ਦੇਖੋ ਸਭ ਤੋਂ ਪਹਿਲਾਂ ਹੌਕੀ ਕਰਕੇ ਜਿਹੜੀ ਜੋਬ ਮਿਲ ਗਈ ਜੀ ਉਹ ਤੋਂ ਬਾਅਦ ਜਦੋਂ ਸਾਲ ਬਾਅਦ ਫੰਕਸ਼ਨ ਹੋਣਾ ਕਿਉਂਕਿ ਉਹ ਚੈਨਲਾਂ 'ਤੇ ਉਹ ਟਾਈਮਾਂ 'ਚ 35 ਸਾਲ ਪਹਿਲਾਂ ਆਪਾਂ ਪੂਰੇ ਹੌਟ 'ਚ ਕੰਮ ਗਾਇਕੀ 'ਚ ਵੀ ਅਤੇ ਕੰਮ 'ਚ ਵੀ ਪੂਰੇ ਸੀਗੇ ਪਰ ਅਫਸਰ ਜਿੰਨੇ ਵੀ ਆਉਂਦੇ ਰਹੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਮੇਰੇ ਦੋਸਤ ਬਣ ਜਾਣ ਜਿਹੜੇ ਅਕਾਊਂਟੈਂਟ ਜਰਨਲਿਸਟ ਸਾਡੇ ਬੌਸ ਜਿਹੜਾ ਹੈੱਡ ਹੁੰਦਾ ਸੀਗਾ ਅਤੇ ਉਹ ਕਹਿੰਦਾ ਵੀ ਇੱਕ ਬੰਦਿਆਂ ਨੂੰ ਇਹਦੇ ਕੋਲ ਦੋ ਚੀਜ਼ਾਂ ਨੇ ਦੋ ਗੁਣ ਨੇ ਬੰਦੇ ਕੋਲ ਇੱਥੇ ਤਾਂ ਇੰਪਲਾਈ ਆਉਂਦਾ ਕੰਮ ਕੀਤਾ ਘੰਟਾ 17 ਗੇੜੀ ਲਾਇਆ ਫਿਰ ਆ ਕੇ ਤਾਂ ਰੋਟੀ ਖਾਧੀ ਫਿਰ ਕੰਮ ਕੀਤਾ 17 ਗੇੜੀ ਲਾਇਆ ਚਲੋ ਉਹਨਾਂ ਦਾ ਅਫਸਰ ਨੂੰ ਕੰਮ ਚਾਹੀਦਾ ਪਰ ਮੈਨੂੰ ਉਹਨਾਂ ਸੱਚੇ ਪਾਤਸ਼ਾਹ ਤੁਹਾਡੇ ਚੈਨਲ ਥਰੂ ਦੱਸ ਰਹੇ ਹਾਂ ਇੰਨੀ ਖੁੱਲ੍ਹ ਦਿੱਤੀ ਵੀ ਸੀਗੀ ਉਹ ਕਹਿੰਦਾ ਵੀ ਸਾਲ 'ਚ ਇੱਕ ਪ੍ਰੋਗਰਾਮ ਹੁੰਦਾ ਟੈਗੋਰ 'ਚ ਹੋ ਜਾਏ ਜਿੱਥੇ ਉਹ ਸਾਡੀ ਸੇਵਾ ਕਰਨੀਆਂ ਤੂੰ ਅਤੇ ਬਾਕੀ ਜਿੱਥੇ ਜਾਣਾ ਮੈਂ ਦੱਸ ਕੇ ਜਾਂਦਾ ਸੀ ਮੈਂ ਅੰਮ੍ਰਿਤਸਰ ਚੱਲਿਆ ਉਹ ਕਹਿੰਦੇ ਦੱਬੀ ਜਲ ਕੰਮ ਪਰ ਨੌਕਰੀ ਛੱਡਣੀ ਤੂੰ ਉਹ ਨਹੀਂ ਛੱਡੀ ਉਹਨੂੰ ਪੈਰ ਰੱਖਿਆ ਗਾਇਕੀ ਨੂੰ ਸੈਕਿੰਡ ਪ੍ਰੈਫਰੀ ਦਿੱਤੀ ਕਿ ਅੱਜ ਜਿਵੇਂ ਹੁਣ ਪੈਨਸ਼ਨ ਮਿਲਦੀ ਸਾਨੂੰ ਜਿਹੜੀ ਆਪਾਂ ਉੱਥੇ ਬਹਿ ਕੇ ਚਾਹ ਪੀਂਦੇ ਗੱਲ ਕੀਤੀ ਉਹ ਤੁਹਾਡੀ ਇੱਕ ਰੋਟੀ ਰੋਜ਼ੀ ਪੱਕੀ ਹੈ ਇਹ ਜਿਉਂ ਜਿਉਂ ਹੁਣ ਉਮਰ ਢਲ ਰਹੀ ਹੈ ਇਹ ਤਾਂ ਹੈ ਨਹੀਂ ਸਦਾ ਦੌਲੀ ਸਾਧੀ ਅੱਠੇ ਪੈਰ ਬਸੰਤ ਹੈ ਨਾ ਆਸਤਾ ਆਸਤਾ ਜਦੋਂ ਉਮਰਾਂ ਢਲਦੀਆਂ ਕੰਮ ਵੀ ਘੱਟਦੇ ਆ ਅਤੇ ਇਹ ਮਹੱਲੇ 'ਤੇ ਮਹਾਰਾਜ ਜੀ ਆਪਣੇ ਦੀ ਕਿਰਪਾ ਔਰਾ ਉਰਾ ਚੰਗਾ ਆਵਾਜ਼ ਚੰਗੀ ਹੈ ਕਰਮ ਕਰੀ ਜਾਂਦੇ ਆ ਅਤੇ ਸਰੋਤੇ ਸਾਡੇ ਰੱਬ ਵਰਗੇ ਜਿੱਥੇ ਵੀ ਦੁਨੀਆਂ 'ਚ ਬੈਠੇ ਆ ਉਹ ਪਿਆਰ ਕਰਦੇ ਆ ਉਹਨਾਂ ਕਰਕੇ ਹੀ ਫਿਰ ਹੋਰ ਐਨਰਜੀ ਮਿਲ ਰਹੀ ਹੈ ਕਿ ਹੋਰ ਆਪਾਂ ਰਿਆਜ਼ ਕਰੀਏ ਹੋਰ ਚੰਗੇ ਸੱਭਿਆਚਾਰ ਗੀਤ ਆਪਣੇ ਸਮਾਜ ਨੂੰ ਦੇਈਏ ਜਿਹ 'ਚ
ਕੱਦ ਮੇਰਾ ਵੈਸੇ ਹੀ ਬਹੁਤ ਉੱਚਾ ਤੇ ਥੋੜਾ ਹੋਰ ਉੱਚਾ ਹੋ ਜੂਗਾ। ਇਹਦਾ ਆਫਿਸ ਵਾਲੀ ਗੱਲ ਚੱਲ ਰਹੀ ਸੀ, ਕੱਲ੍ਹ ਮੈਨੂੰ ਹੋਰ ਯਾਦ ਆ ਗਈ ਕਿ ਜਿਵੇਂ ਹੁਣ ਤੁਸੀਂ ਦੱਸਿਆ ਕਿ ਹੈ ਨਾ ਗੁਰਦਾਸ ਮਾਨ ਸਾਹਿਬ ਦਾ ਤੁਸੀਂ 79 ਔਰ 80 ਦੇ ਵਿੱਚ ਉਹ ਨਾਈਟ ਕਰਵਾਈ ਸੀ। ਤੇਰਾ ਬਰਥਡੇ ਕਦੋਂ ਹੈ? ਮੇਰਾ 90 ਦਾ ਹੈ। ਮੈਂ ਤਾਂ ਆਹੀ ਕਿ ਮੈਂ ਜਦੋਂ ਦਾ ਸੁਰੂਪੰਧੂਰੀ ਬੰਦ ਕੇ ਆਇਆ, ਯਾਦ ਆ ਗਿਆ ਮੇਰਾ ਇੱਕ ਗਾਣਾ ਜਦੋਂ ਸ਼ਹਿਰ ਪਟਿਆਲੇ ਤੋਂ ਬਾਅਦ ਤੇ ਫਿਰ ਚੰਡੀਗੜ੍ਹ ਕਰੀ ਆਸ਼ਕੀ ਆਇਆ। ਤੈਨੂੰ ਗਾਣਾ ਸੁਣਾਵਾ ਇੱਕ ਉਹ ਜਿਹਾ? ਬਿਲਕੁਲ ਜੀ ਬਿਲਕੁਲ, ਮੈਂ ਤਾਂ ਗਾਣੇ ਸੁਣਨ ਨੂੰ ਬੈਠਾ। ਮੈਂ ਬਿਲਕੁਲ ਪਟਿਆਲੇ ਤੋਂ ਬਾਅਦ ਉਹ ਗਾਣਾ ਇੰਨਾ ਲੋਕਾਂ ਨੇ ਲਾਈਕ ਕੀਤਾ ਸੀਗਾ, ਚੱਲ ਮੈਂ ਸੁਣਾ ਸਿਰਫ ਤੇਰੇ ਵਾਸਤੇ ਆ। ਪੱਕਾ ਇਹ ਸਮਰਪਿਤ ਤੈਨੂੰ ਗਾਣਾ, ਠੀਕ ਹੈ? ਕਿਆ ਬਾਤ ਹੈ, ਸ਼ੁਕਰ ਹੈ ਕਿਸੇ ਐਂਕਰ ਨੂੰ ਵੀ ਕਿਸੇ ਨੇ ਕੁਝ ਸਮਰਪਿਤ ਕੀਤਾ, ਨਹੀਂ ਤਾਂ ਐਂਕਰ ਨਹੀਂ ਗਿਆ ਆਪਣੇ ਉਹਨੂੰ। ਆਪਾਂ ਨੇ ਮਾਲਕ ਸੱਤ ਰੰਗ ਦੇ ਤੇ ਜੀ, ਐਂਕਰ ਤੇ ਤੇਰੀ ਹੌਬੀ ਹੈ, ਤੇਰਾ ਸ਼ੌਂਕ ਹੈ, ਤੇਰਾ ਫੈਸ਼ਨ ਹੈ, ਬਟ ਇੱਥੇ ਜਿਹੜੀ ਜੌਬ ਨਿਭਾ ਰਿਹਾ ਮੈਂ ਤਾਂ ਕਹਿ ਰਿਹਾ, ਇੱਥੇ ਬੈਠ ਕੇ ਔਨ ਕੈਮਰਾ ਕਿਸੇ ਨੇ ਕਿਹਾ ਕਿ ਤੈਨੂੰ ਕੁਝ ਡੈਡੀਕੇਟ ਕਰਨਾ, ਨਹੀਂ ਤਾਂ ਜੋ ਪੁੱਛੀ ਜਾਓ ਦੱਸ ਕੇ ਅਗਲਾ ਉਹ ਨਿਕਲਦਾ ਉਹ ਸੀਗਾ ਸਯੋ ਨੀ ਮੇਰਾ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਸੰਦੂਰੀ ਪੱਗ ਵਾਲਾ, ਸਯੋ ਨੀ ਮੇਰਾ ਦਿਲ ਲੈ ਗਿਆ, ਉਹਦਾ ਸੁਣੀਦਾ ਸੁਣੀਦਾ ਉਹਦਾ ਸੁਣੀਦਾ ਉਹਦਾ ਸੁਣੀਦਾ ਸ਼ਹਿਰ ਪਟਿਆਲਾ, ਸਯੋ ਨੀ ਮੇਰਾ ਦਿਲ ਲੈ ਗਿਆ, ਸ਼ਹਿਰ ਪਟਿਆਲੇ ਵਾਲਾ, ਸ਼ਹਿਰ ਪਟਿਆਲੇ ਵਾਲਾ, ਸ਼ਹਿਰ ਪਟਿਆਲੇ ਵਾਲਾ, ਗਿੱਲ ਸੁਰਜੀਤ ਨੀ ਨੀ ਗੀਤ ਜਿਹਦੇ ਗਾਉਂਦਾ ਸਹੀ ਉਹ ਸੋਹਣਾ ਹਰਦੀਪ ਨੀ, ਉਹ ਜਿਹਦੇ ਨਾਂ ਦੀ ਫੇਰ ਦੀ ਵਾਲਾ, ਸਹੀ ਉਹ ਨੀ ਮੇਰਾ ਦਿਲ ਲੈ ਗਿਆ, ਸਹੀ ਉਹ ਨੀ ਮੇਰਾ ਦਿਲ ਲੈ ਗਿਆ, ਕਿਆ ਬਾਤ ਹੈ, ਬਹੁਤ ਵਧੀਆ ਬਹੁਤ ਵਧੀਆ। ਤੁਸੀਂ ਸਾਡੇ ਜ਼ਿਲ੍ਹੇ ਨੂੰ ਵੀ ਬਹੁਤ ਪ੍ਰਮੋਟ ਕਰਦੇ ਹੋ, ਅਤੇ ਗਿੱਲ ਸੁਰਜੀਤ ਜੀ ਦੀ ਤੁਸੀਂ ਗੱਲ ਛੇੜੀ ਹੈ ਨਾ, ਉਹ ਬਹੁਤ ਲੈਜੈਂਡਰੀ ਇੱਕ ਮਹਾਨ ਹਸਤੀ, ਹੁਣ ਤਾਂ ਦੁਨੀਆ ਦੇ ਵਿੱਚ ਨਹੀਂ ਰਹੇ ਖੈਰ, ਅਤੇ ਉਹਨਾਂ ਦੇ ਬਹੁਤ ਸਾਰੇ ਗਾਣੇ ਤੁਸੀਂ ਜਿਹੜੇ ਲਿਖੇ ਹੋਏ ਗਾਏ। ਮੈਂ ਸੱਤੀ ਉਹਨਾਂ ਦੇ ਘੱਟੋ ਘੱਟ ਦੋ ਢਾਈ ਸੌ, ਜਿਵੇਂ ਇੱਕ ਸਟਾਰ ਜੁੜਦੇ ਆ ਨਾ, ਬਿੰਦਰਖੀ ਨੇ ਸ਼ਮਸ਼ੇਰ ਸੰਧੂ, ਹਰਭਜਨ ਨਾਲ ਬਾਬੂ ਸਿੰਘ ਮਾਨ ਸਾਹਿਬ, ਹਰਦੀਪ ਨਾਲ ਗਿੱਲ ਸੁਰਜੀਤ, ਇੱਕ ਥੋੜ੍ਹੇ ਸਟਾਰ ਆ। ਅਤੇ ਜੇ ਤੇਰੀ ਆਗਿਆ ਹੋਇਆ ਨਾ, ਇੱਕ ਆਪਾਂ ਛੋਟਾ ਜਿਹਾ ਗੀਤ ਗਿੱਲ ਸੁਰਜੀਤ ਭਾਅ ਜੀ ਨੂੰ ਸਮਰਪਿਤ ਕਰਦੀ, ਉਹਨਾਂ ਨੂੰ ਡੈਲੀਗੇਟ ਕਰਦੀ ਹੈ। ਬਿਲਕੁਲ, ਕਿਉਂਕਿ ਐਡਾ ਵੱਡਾ ਸੰਸਥਾ ਦਾ ਨਾਂ ਸੀਗਾ, ਚਿੰਦਾ ਭਾਅ ਜੀ ਨੇ ਬਹੁਤ ਗਾਇਆ ਉਹਨੂੰ, ਮਲਕੀਤ ਨੇ ਗੀਤ ਗਾਇਆ, ਲਤਾ ਜੀ ਨੇ ਗਾਇਆ ਗਿੱਲ ਸਾਹਿਬ ਦਾ ਗੀਤ, ਅਤੇ ਅਨੇਕਾਂ ਕਲਾਕਾਰਾਂ ਨੇ ਪੰਜਾਬ ਦੇ, ਮੈਂ ਕਹਿੰਦਾ ਸਾਰੇ ਤਕਰੀਬਨ ਜਿਹੜੇ ਵੱਡੇ ਨਾਮ ਹੈਗੇ ਆ, ਉਹਨਾਂ ਨੇ ਸਾਰਿਆਂ ਨੇ ਗਿੱਲ ਸੁਰਜੀਤ ਜੀ ਦੇ ਗਾਣੇ ਗਾਏ। ਉਹ ਗੀਤ ਸੀਗਾ, ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਹਾਏ ਨਾਂ ਲੈ ਕੇ ਬਦਨਾਮ ਕਰਾਂਗਾ, ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਕੌ ਕਾਫ ਦੀ ਪਰੀ ਹੈ ਲੱਗਦੀ ਵਾਂਗ ਪਵਿੱਤਰ ਗੰਗਾ ਵਗਦੀ, ਗੋਰੀ ਚਿੱਟੀ ਉੱਚੀ ਲੰਮੀ ਮੁੜ ਕੇ ਨਾ ਕਿਸੇ ਮਾਂ ਨੇ ਜੰਮੀ, ਹਾਏ ਗੋਰੀ ਚਿੱਟੀ ਉੱਚੀ ਲੰਮੀ ਮੁੜ ਕੇ ਨਾ ਕਿਸੇ ਮਾਂ ਨੇ ਜੰਮੀ, ਉਸ ਹੁਸਨ ਦੀ ਦੇਵੀ ਦੇ ਦਾਂ ਅੱਜ ਤੋਂ ਹਰ ਇੱਕ ਸ਼ਾਮ ਕਰਾਂਗਾ, ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ। ਕਿਆ ਬਾਤ, ਬਹੁਤ ਵਧੀਆ ਬਹੁਤ ਵਧੀਆ, ਇੱਕ ਡੈਡੀਕੇਸ਼ਨ ਵੀ ਹੋ ਗਈ ਉਹਨਾਂ ਨੂੰ ਲਈ, ਹੈ ਨਾ, ਕਿਉਂਕਿ ਬਹੁਤ ਦਿਲ ਸੀਗਾ ਕਿ ਜੇ ਉਹ ਜਿਉਂਦੇ ਹੁੰਦੇ ਸ਼ਾਇਦ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ। ਚਲੋ ਉਹਨਾਂ ਦੀ ਹਾਜ਼ਰੀ ਉਹਨਾਂ ਮਹਾਰਾਜ ਆਪਣਾ ਉੱਥੇ ਸੱਚਖੰਡ 'ਚ ਨਿਵਾਸ ਬਖਸ਼ੇ ਜੀ, ਪਰ ਹਾਜ਼ਰੀ ਇਹ ਲੋਕ ਗੀਤ ਬਣ ਜਾਂਦੇ ਆ, ਉਹ ਬੰਦਾ ਜਿਉਂਦਾ ਰਹਿੰਦਾ ਮਰਦਾ ਨਹੀਂ, ਉਹ ਸਾਡੇ ਕੋਲ ਲਾਈਵਲੀ ਨਹੀਂ ਹੈਗੇ ਪਰ ਆਪਣੇ ਦਿਲਾਂ 'ਚ ਸਮਾਜ 'ਚ ਨਾਲ ਨਾਲ ਤੁਰੇ ਫਿਰਦੇ। ਕਲਾ ਖੇਤਰ ਦੇ ਵਿੱਚ ਸਭ ਤੋਂ ਵੱਧ ਮੈਨੂੰ ਵਧੀਆ ਇੱਕ ਚੀਜ਼ ਇਹ ਲੱਗਦੀ ਹੈ ਕਿ ਕਲਾ ਖੇਤਰ, ਇਸ ਕਲਾ ਦੇ ਨਾਲ ਸੰਬੰਧਿਤ ਕੋਈ ਵੀ ਇਨਸਾਨ ਹੈਗਾ, ਗਾਇਕ ਹੈਗਾ, ਭਾਵੇਂ ਗੀਤਕਾਰ ਹੈਗਾ, ਵੀਡੀਓ ਡਾਇਰੈਕਟਰ ਹੈਗਾ, ਉਹ ਜ਼ਿੰਦਗੀ ਤੋਂ ਭਾਵੇਂ ਚਲੇ ਵੀ ਜਾਣ, ਮਤਲਬ ਕਿ ਉਹਨਾਂ ਦੀ ਡੈਥ ਵੀ ਹੋ ਜਾਵੇ, ਉਸ ਤੋਂ ਬਾਅਦ ਵੀ ਉਹ ਬੰਦੇ ਜਿਉਂਦੇ ਰਹਿੰਦੇ, ਕਿਉਂਕਿ ਉਹਨਾਂ ਦੇ ਗਾਣੇ
गायक के गाए हुए कितने कितने सुन जाते हैं, गीतकार दे वो लिखे हुए होंगे ने, वीडियो वाले दे वो वीडियो चलते जाते हैं, है ना। सती जी ने भी ला लो, शिव बटालवी ला लो, गिल सुरीत ला लो, संत राम उदासी जी ला लो, देव साहब तरीके ला लो, तो हूँ इसे सूची दे जिंदसवाड़ा जी मेरे एक्चुअली गल इतों याद आ जिंदसवाड़ा जी की गल तो देख लो। मैं ना भागा 2009 चो रिटायर हो जो आप ऑफिस की गल कर रहे हैं, उन्होंने रिटायर होए तो उन्होंने अभियश लग गया कोई, क्योंकि राजकाकड़ा उन्होंने बहुत नेड़े से, उस बाद फिर 5-7 साल बाद सुरजीत खान ने भी उन्होंने गीत गाए, उन्होंने जुत्ती चू चू करती है। पर जो उन्होंने मैं काम मैंने कहते भी उत्थे राजकाकड़ा हरदीप बाई जी लगे हुए है, वो अपना काम करा देंगे। चलो ये मेरे को आए तो मैं वो फाइल जी कटाई तो वेख्या ऑब्जेक्शन से कोई, इन्होंने सहौड़ा भी जॉब की होनी कितने वो कागज़ नहीं लगे। मैं क्या सर वो कागज़ चाहिए आप, चलो जो फाइल पूरी होगी तो ही अगे तुरेगी ना, अफसर को जाएगी। वो हफ्ते सवाड़ा साहब की पेंशन लग गई तो ये काकड़ा साहब लैके घर मेरे डब्बा लैके आ गए, तो बड़ी सादगी बंदे ने अज तक पैसे दिते होने ले नहीं किसी आर्टिस्ट तो, बड़े आस्ता आस्ता बोलते हलीमी ने, भाई जी तुम साढ़े इलाके व्याए हुए हो, तो मेरे जेडे लॉज ने पिछला पिंड सौड़ा तो फिर खानपुर आके जमीन इतने अलाट हुई थी। तो उदू बाद की होया फिर मैं मैंने कहते एक मेरा गीत गाओ, मैं उन्होंने बहुत सोहना गीत गाया से, चढ़ गई जवानी तेरे उत्ते जोरां दी, धौण तू चुकाती नी कलारी मोरां दी, माण रख ली हुंगारा भावें परी ना परी नी, सानू तोतिया नू भगवतेर, तू रूप दा गमाण ना करी नी चलिए, निरूप दा गमाण ना करी नी सोनिए, निरूप दा गमाण ना करी, जिंद नी सवाड़े नू तू चंगी तरह पढ़ लै, कोय नूर हीरा नी तू मुंदरी च जन लै, माण रख लै हुंगारा भावें परी ना परी नी, सानू तोतिया नू बाग बथेर, तू रूप दा गमाण ना करी नी चलिए, निरूप दा गमाण ना करी नी सोनिए, निरूप दा गमाण ना करी। क्या बात है, बहुत बहुत प्यारा लिखते, वाकई बहुत कमाल सी, बहुत सच्ची सुची कलम सी जी। यही गल असी ना उस दिन भोग के उत्ते सुरजीत खान भाई जी उन्हें खड़े तो गलबात कर रहे थे, तो उन्होंने बच्चे खड़े से जिंदसवाड़ जी के, है ना, कि जोड़े गीतकार ज गायक होंगे इन्हों है ना कदे भी मतलब कि डैथ नहीं होंगी, भावें दुनियावी तौर पर शरीरक तौर पर जो गल है जो जो भोग तो बाद उन्हें जो बच्चों ने अनाउंस कराया, क्योंकि वह चीज़ा ज्यौदिया रहनियाँ जिंदसवाड़े दियाँ, कि गुरद्वारा साहब के 5 लाख रुपया अगर दिता, क्या होर भी देंगे असं जिन्हों बुक्स लिखिया भी हैं, गुरद्वारा साहब के वधिया लाइब्रेरी बनाओ एसी उसी ला के, तो उन्होंने जिन्हिया बुक्स उन्होंने जीवनी है उत्थे रखी जाए, जेडे आने वाली जनरेशन है जो उसे आ गए उन्होंने बच्चे भी उन्होंने पोते पोतियाँ बहरों आ गए पढ़न गए तो बंदा ऐ जिंदा रहा, आप जिंद किए रख सकते हैं, दुनिया भी चला गया बच्चों का एक बहुत व्डा उद्यम है कि गुआढ़ च गुरद्वारा साहब है, तो गुरद्वारा साहब जी एक लाइब्रेरी बन जाएगी, उत्थे चंगियां बुक्स आनगियां, ये नहीं कलियां उन्होंने होनगियां, होर भी साहित्यकारां दी बुक्स आनगियां, उत्थों पिंड वाले अपने जिमीदार सारे अपने जिहड़े वेले सत्था च बहिंदे आ उह आ के लाइब्रेरी च अपना चीज़ां नूं पढ़नगे, तो बंदा वजाउंदा रहिंदा जी। भाई जी बहुत सारियां गल्लां जिहड़ियां हैगियां दिल दे विच, मैनूं लगदा कि पहला पार्ट जिहड़ा हैगा आपां नूं हुण इहनूं पार्ट्स दे विच आपां नूं खत्म करना पैणा इंटरव्यू नूं, तो हुण आपां पार्ट टू दे विच चलदे हां, तो गल्लां मतां करांगे, पार्ट वन नूं जिहड़ा इत्थे खत्म करदे हां, शहर पटियाले दे जट दी यारी होर बहुत सारे गाने जिहड़े हैगे आ वो आपां सुणांगे, तो कोका जिहड़ा हैगा उहदी होर भी स्टोरी जिहड़ी जाननी है वीडियो उहदी, तो बहुत सारियां गल्लां उहदे बारे भी जाननी है। सो थैंक यू सो मच, आपां पहले पार्ट दे विच आगे लैणे हैं। सो किवें लगी है वीडियो, थले कमेंट करके जरूर दस्सिओ, ते चैनल सतरंग नूं जिन्हां ने अज तक सबसक्राइब नहीं किया सबसक्राइब कर लो, मिलांगे पार्ट टू दे विच, दिओ आग्या, धन्नवाद।